ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਗੱਲਾਂ ਨੇ ਪਿਛਲੇ ਵੀਰਵਾਰ ਤੋਂ ਲੈ ਕੇ ਹੁਣ ਤੱਕ ਨਵੀਆਂ ਵਾਪਰ ਗਈਆਂ ਆਪਾਂ ਸਾਰ ਤੋਂ ਪਹਿਲਾਂ ਤਾਂ ਪੂਰੀ ਨਾਨਕ ਨਾਮ ਲੇਵਾ ਸੰਗਤ ਜਾਂ ਪੂਰੀ ਜਿਹੜੀ ਮਾਨਵਤਾ ਨੂੰ ਤੀਸਰੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਕੋਸ਼ਿਸ਼ ਕਰੀਏ ਉਹਨਾਂ ਦੇ ਚੱਲੇ ਹੋਏ ਪਦ ਚਿੰਨ੍ਹਾਂ 'ਤੇ ਅਸੀਂ ਵੀ ਕਿਤੇ ਨਾ ਕਿਤੇ ਚੱਲ ਸਕੀਏ ਆਪਾਂ ਗੱਲ ਕਰੀਏ ਜੇ ਕਿਸਾਨਾਂ ਦੀ ਦਰਸ਼ਕੋ ਤਾਂ 6 ਮਹੀਨੇ ਅੱਜ ਪੂਰੇ ਹੋ ਗਏ ਜਿਹੜਾ ਦਿਨ ਇੰਡੀਆ ਦੇ ਵਿੱਚ ਚੜਿਆ ਉੱਥੇ 26 ਮਈ ਹੋ ਗਈ ਹੈ 26 ਨਵੰਬਰ ਤੋਂ ਲੈ ਕੇ 26 ਮਈ ਤੱਕ 6 ਮਹੀਨੇ ਪੂਰੇ ਹੋ ਗਏ ਜਿੱਥੇ ਕਿਸਾਨਾਂ ਨੇ ਇਹਨੂੰ ਕਾਲਾ ਦਿਵਸ ਮਨਾਉਣ ਦੀ ਜੋ ਹੈ ਘੋਸ਼ਣਾ ਵੀ ਕੀਤੀ ਔਰ ਸਾਰ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਈ ਵੱਡੇ ਵੱਡੇ ਲੀਡਰਾਂ ਨੇ ਤਾਂ ਆਪਦਾ ਸ਼ੁਰੂ ਵੀ ਕਰਤਾ ਕਾਲੇ ਕਾਲੇ ਝੰਡੇ ਘਰਾਂ 'ਤੇ ਲਾਉਣੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਤਾਊ ਅਤੇ ਤੂਫਾਨ ਨੇ ਕਾਫੀ ਤਬਾਹੀ ਕੀਤੀ ਉਸ ਤੋਂ ਬਾਅਦ ਇੱਕ ਹੋਰ ਤੂਫਾਨ ਆਪਣੇ ਕੋਲਕਾਤਾ ਅਤੇ ਬੰਗਾਲ ਅਤੇ ਉੜੀਸਾ ਦੇ ਜਿਹੜੇ ਤੱਟਸ ਨੇ ਉੱਥੇ ਫਿਰ ਇੱਕ ਦਸਤਕ ਦੇ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਮਹਾਮਾਰੀ ਦੇ ਵਿੱਚ ਜੋ ਕੁਛ ਚੱਲ ਰਿਹਾ ਪਰ ਦਰਸ਼ਕੋ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਪਿਛਲੇ 24 ਘੰਟਿਆਂ 'ਚ ਆਪਣੇ ਪੰਜਾਬ ਦੇ ਵਿੱਚ ਵਾਪਰੀਆਂ ਨੇ ਉਹ ਕਿਉਂ ਵਾਪਰੀਆਂ ਨੇ ਉਹ ਤੁਹਾਨੂੰ ਦੱਸਦਾ ਕਿ ਚਾਹੇ ਉਹ ਜਬਰਨ ਕਿਸੇ ਦੇ ਵਾਲ ਕੱਟ ਦਿੱਤੇ ਗਏ ਹੋਣ ਉਸ ਤੋਂ ਬਾਅਦ ਉਹਨੂੰ ਗੰਦਾ ਪਾਣੀ ਪਿਲਾਇਆ ਗਿਆ ਹੋਵੇ ਜਾਂ ਆਪਾਂ ਜਗਰਾਉਂ ਚਲੇ ਜਾਂਦੇ ਕਿ 4 ਬੰਦੇ ਇੱਕ ਬੰਦੇ ਨੂੰ ਤਲਵਾਰਾਂ ਨਾਲ ਵੱਢ ਦਿੰਦੇ ਆ ਉਸ ਤੋਂ ਬਾਅਦ ਚਾਹੇ ਜਲੰਧਰ ਦੀ ਦੇਖ ਲਓ ਇੱਕ ਘਟਨਾ ਜਿੱਥੇ ਸਿਗਰਟ ਪੀਣ ਤੋਂ ਲੜਾਈ ਹੋਣ ਤੋਂ ਬਾਅਦ ਇੱਕ ਬੰਦੇ ਨੂੰ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਹੈ ਕਿ ਇਹ ਗੱਲਾਂ ਕਦੋਂ ਵਾਪਰਦੀਆਂ ਨੇ ਦਰਸ਼ਕੋ ਸਮਾਜ ਦੇ ਵਿੱਚ ਕਦੋਂ ਵਾਪਰਦੀਆਂ ਨੇ ਇਹ ਉਦੋਂ ਵਾਪਰਦੀਆਂ ਨੇ ਦਰਸ਼ਕੋ ਜਦੋਂ ਬੰਦਾ ਕਿਸੇ ਡਰੱਗ ਜਾਂ ਕਿਸੇ ਨਸ਼ੇ ਦੇ ਵਿੱਚ ਹੋ ਇੱਕ ਨੋਰਮਲ ਬੰਦਾ ਕਦੇ ਵੀ ਕਿਸੇ ਦਾ ਇੰਨਾ ਮਾੜਾ ਨਹੀਂ ਕਰ ਸਕਦਾ ਦਰਸ਼ਕੋ ਇਹ ਮੈਂ ਕਿਉਂ ਤੁਹਾਡੇ ਨਾਲ ਲਿਆ ਰਿਹਾ ਇਹ ਸਾਰੀਆਂ ਗੱਲਾਂ ਕਿਉਂਕਿ ਇਹ ਆਹ 3 ਤਾਂ ਦੱਸਣਯੋਗ ਮਾੜੀਆਂ ਮੋਟੀਆਂ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ 2-3 ਘਟਨਾਵਾਂ ਹੋਰ ਵਾਪਰੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਨਾ ਸਹਿਣਯੋਗ ਨਾ ਦਿਖਾਉਣਯੋਗ ਹੈ ਉਹ ਸਿਰਫ ਤੋਂ ਸਿਰਫ ਡਰੱਗਸ ਦਾ ਕਰਕੇ ਦਰਸ਼ਕੋ ਉਸ ਤੋਂ ਬਾਅਦ ਜਿਹੜੀਆਂ ਅੱਜ ਬੀਤੇ ਜਿਹੜਾ ਬੀਤਾ ਦਿਨ ਗਿਆ ਪੰਜਾਬ ਮਹਿਲਾ ਕਮਿਸ਼ਨ ਕੋਲ 21,000 ਤੋਂ ਉੱਪਰ ਰਿਪੋਰਟਸ ਆ ਗਈਆਂ ਕਿ ਸਾਡੇ NRI ਜਿਹੜੀ ਬਲੈਕ ਸ਼ੀਪਸ ਨੇ ਸਾਰੇ NRI ਮਾੜੇ ਨਹੀਂ ਹੈ ਕੋਈ ਬਲੈਕ ਸ਼ੀਪਸ ਨੇ ਜਿਹੜੇ ਉੱਥੇ ਜਾ ਕੇ ਵਿਆਹ ਕਰਾਉਂਦੇ ਹੈ 1 ਮਹੀਨਾ ਰਹਿੰਦੇ 1.5 ਮਹੀਨਾ ਰਹਿੰਦੇ ਉਸ ਤੋਂ ਬਾਅਦ ਉਹਨਾਂ ਨੂੰ ਕੋਲ ਤੱਕ ਨਹੀਂ ਕਰਦੇ ਔਰ ਉਹ 21,000 ਟੋਟਲ ਲੇਡੀਜ਼ ਦਾ ਜਿਹੜਾ ਅੰਕੜਾ ਪਾਰ ਕਰ ਗਿਆ ਪੰਜਾਬ ਮਹਿਲਾ ਕਮਿਸ਼ਨ ਦੇ ਕੋਲ ਦੁਖਦਾਈ ਹੁੰਦਾ ਕਿ ਇਹ ਇੱਕ ਬੰਦੇ ਜਾਂ 2-4 ਬੰਦਿਆਂ ਦੀ ਗਲਤੀ ਨਾਲ ਪੂਰੀ ਦੀ ਪੂਰੀ NRI ਸਮਾਜ ਅੱਜ ਬਦਨਾਮ ਹੋ ਰਿਹਾ ਹਾਲਾਂਕਿ NRI ਭਲਾਈ ਦੇ ਕੰਮ ਬਹੁਤ ਕਰਦੇ ਬਹੁਤ ਚੰਗੇ ਬੰਦੇ ਹੈ ਪਿੱਛੇ ਵੀ ਲੋਕਾਂ ਨੂੰ ਪੜ੍ਹਾ ਰਹੇ ਹੋਰ ਕੰਮ ਬਹੁਤ ਕਰ ਰਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਨ ਲਈ ਆਪਣੇ ਨਾਲ ਮੁਅੱਜ਼ਜ਼ ਮਹਿਮਾਨ ਜਲੰਧਰ ਤੋਂ ਬਣ ਗਿਆ ਮੇਰੇ ਕਹਿਣ ਤੋਂ ਭਾਵ ਦਰਸ਼ਕੋ ਸੀਨੀਅਰ ਕਾਂਗਰਸੀ ਲੀਡਰ ਅਤੇ ਉੱਘੇ ਸਮਾਜ ਸੇਵੀ ਅਤੇ ਇੰਡੋ ਅਮੈਰੀਕਨ ਫਰੈਂਡਸ ਕਲੱਬ ਦੇ ਚੇਅਰਮੈਨ ਰਮਨ ਦੱਤ ਸਾਡੇ ਨਾਲ ਜੁੜ ਗਏ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਉਸ ਤੋਂ ਬਾਅਦ ਆਪਾਂ ਜੋ ਹੈ ਪ੍ਰੋਗਰਾਮ ਦਾ ਆਗਾਹ ਕਰਾਂਗੇ ਉਹਨਾਂ ਨੂੰ ਕੁਐਸਚਨ ਪੁੱਛਾਂਗੇ ਰਮਨ ਜੀ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਇਸ ਜਸ ਪੰਜਾਬੀ ਦੇ ਓਪਨ ਪਲੇਟਫਾਰਮ ਮੰਚ 'ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਲਾਲ ਜੀ ਧੰਨਵਾਦ ਤੁਹਾਡਾ ਮੈਨੂੰ ਇੱਥੇ ਆਪਣੇ ਪਲੇਟਫਾਰਮ ਦੇ ਬੁਲਾਉਣ ਜੀ ਰਮਨ ਜੀ ਮੈਂ ਮੰਨਦਾ ਰਮਨ ਜੀ ਕਿ ਆਪਣੀ ਜਿਹੜੀ ਆ ਠੱਲ ਪਈ ਹੈ ਡਰੱਗਸ ਨੂੰ ਪੰਜਾਬ ਦੇ ਵਿੱਚ ਆਪਾਂ ਇੱਕ ਵਾਰ ਪੰਜਾਬ ਦੀ ਗੱਲ ਕਰਦੇ ਹਾਂ ਪੂਰੇ ਇੰਡੀਆ ਦੀ ਬਾਤ 'ਚ ਕਰ ਲਾਂਗੇ ਮੈਂ ਮੰਨਦਾ ਕਿ ਠੱਲ ਪਈ ਹੈ ਪਰ ਓਨੀ ਨਹੀਂ ਪਈ ਜਾਣੀ ਪੈਣੀ ਚਾਹੀਦੀ ਸੀ ਇਹਦੇ ਵਿੱਚ ਆਪਾਂ ਸਰਕਾਰਾਂ ਨੂੰ ਬਲੇਮ ਨਹੀਂ ਦੇ ਸਕਦੇ ਸਰਕਾਰ ਆਪਦੇ ਪੱਧਰ 'ਤੇ ਕਰ ਰਹੀਆਂ ਜਦੋਂ ਕੋਈ ਪਿਛਲੀ ਸਰਕਾਰ ਸੀ ਉਦੋਂ ਵੀ ਇਹ ਕੰਮ ਚੱਲਦਾ ਸੀ ਲੋਕ ਉਂਗਲੀਆਂ ਚੱਕਦੇ ਸੀ ਪੁਲਿਸ ਫੋਰਸ ਆਪਦਾ ਕੰਮ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਮੈਨੂੰ ਇਹ ਦੱਸੋ ਕਿ ਆਪਣਾ ਐਜ਼ ਅ ਸਮਾਜਿਕ ਜੀਵ ਹੋਣ ਦੇ ਨਾਤੇ ਬੰਦਿਆਂ ਦਾ ਇੱਕ ਸੋਸ਼ਲ ਵਰਕਰ ਜਿਹੜਾ ਦਾਇਰਾ ਹੁੰਦਾ ਆ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ ਆਪਣੇ ਆਂਢ ਗੁਆਂਢ ਦੇ ਵਿੱਚ ਜਿਹੜੇ ਬੱਚੇ ਇਸ ਪਾਸੇ ਲੱਗੇ ਕਿ ਅਸੀਂ ਜਾਂ ਬੱਚੇ ਦੇ ਘਰ ਵਾਲੇ ਅਸੀਂ ਕੋਈ ਮੋਹਰ ਚੱਕ ਸਕਦੇ ਹਾਂ ਤਾਂ ਕਿ ਇਸ ਚੀਜ਼ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ ਰਮਨ ਜੀ ਮੈਂ ਉਸ ਸੰਦਰਭ 'ਚ ਗੱਲ ਕਰ ਰਿਹਾ ਜਿਹੜੀਆਂ 2-3 ਘਟਨਾਵਾਂ ਜਿਹੜੀਆਂ ਮੈਂ ਹੁਣ ਸਾਂਝੀਆਂ ਕੀਤੀਆਂ ਗੁਰਲਾਲ ਜੀ ਤੁਸੀਂ ਬਹੁਤ ਸਹੀ ਕਿਹਾ ਕਿ ਜਿਹੜੀ ਡਰੱਗ ਦੀ ਸਮੱਸਿਆ ਹੈਗੀ ਹੈ ਇਹ ਇਕੱਲੇ ਪੰਜਾਬ 'ਚ ਨਹੀਂ ਹੈਗੀ ਪਹਿਲੀ ਗੱਲ ਤਾਂ ਜੀ ਪੂਰੀ ਦੁਨੀਆ 'ਤੇ ਸੀਗੇ ਫੈਲੀ ਤੁਸੀਂ ਪੰਜਾਬ ਹਰਿਆਣਾ ਦਿੱਲੀ ਅਮੈਰੀਕਾ
वेनजुएला मैक्सीको कितने भी चल जाओ एक तो यूनिवर्सल समस्या बन इनू आपां दोष लाना स्पिट एंड रन करना दोष ला के भजन लई नहीं है यह समस्या बेसिकली समाजिक समस्या है ये आप समाज सारा सारा इकट्ठा रह के यदा हल कर सकता है अदरवाइज यदा हल नहीं हो सकता जी 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 यदा हल नहीं हो सकता समाज नूं अगे आना पएगा असी सरकारां नूं दोष दे के अपना पिछा नहीं छड़ा सकते क्योंकि इस ये समस्या साडे घरां च है साडे पिंडां च है साडे शहरां च है जी मोहल्लियां च है सानूं पता है माँ बाप नूं पता कि मेरा बच्चा ड्रग करता है भैन भरावां नूं पता कि मेरा भैन या भरा मेरी ड्रग करती है समाज स्कूल गुरुद्वारे मंदिर ਅਸੀਂ ਸਾਰਿਆਂ ਨੂੰ ਅਗਰ ਤਾਂ ਇਹ ਤੋਂ ਅਗਰ ਤਾਂ ਆਪਾਂ ਸਿਰਫ ਸਰਕਾਰਾਂ ਨੂੰ ਦੋਸ਼ ਦੇਣਾ ਆਪਣੀ ਇਕੁਅਲ ਸੈਟੀਸਫਾਈ ਕਰਨੀ ਹੈ ਬਹੁਤ ਅੱਛੀ ਗੱਲ ਹੈ ਸਰਕਾਰਾਂ ਨੂੰ ਗਾਲਾਂ ਕੱਢੀ ਚਲੋ ਸਰਕਾਰਾਂ ਨੇ ਗਾਲਾਂ ਸੁਣ ਲੈਣੀ ਕਿਉਂਕਿ ਡੈਮੋਕ੍ਰੇਸੀ ਹੈ ਸਰਕਾਰਾਂ ਗਾਲਾਂ ਸੁਣਦੀਆਂ ਭਾਵੇਂ ਇੰਡੀਆ ਹੋਵੇ ਅਮਰੀਕਾ ਹੋਵੇ ਕਿਤੇ ਵੀ ਚੱਲ ਜਾਈਏ ਸਰਕਾਰਾਂ ਨੇ ਸੁਣਨੀ ਹੈ ਸਰਕਾਰਾਂ ਨੇ ਵੋਟਾਂ ਲੈਣੀਆਂ ਸਰਕਾਰਾਂ ਨੇ ਡੰਡੇ ਨਹੀਂ ਨਾ ਮਾਰਨੇ ਵੋਟਾਂ ਲੈਣੀਆਂ ਉਹਨਾਂ ਨੇ ਉਹਨਾਂ ਕਹਾ ਠੀਕ ਹੈ ਜੀ ਤੁਸੀਂ ਭੁੱਕੋ ਫਿਰ ਜਦੋਂ ਅਸੀਂ ਇਹਦਾ ਹੱਲ ਕਰਨਾ ਫਿਰ ਸਾਨੂੰ ਇਮਾਨਦਾਰੀ ਨਾਲ ਜਾਣਾ ਪੈਣਾ ਕਹਿਣਾ ਪੈਣਾ ਹਾਂ ਵੀ ਸਾਡੇ ਇਲਾਕੇ 'ਚ ਮੇਰਾ ਮੁੰਡਾ ਮੇਰੇ ਪਿੰਡ 'ਚ ਫਲਾਣਾ ਬੰਦਾ ਡਰੱਗੀ ਹੈਗਾ ਜਾਂ ਡਰੱਗ ਵੇਚਦਾ ਤਾਂ ਇਹਦਾ ਹੱਲ ਹੋਣਾ ਇਹਦਾ ਹੱਲ ਅਸੀਂ ਇਹ ਕਹਿ ਕੋਈ ਕਿਸੇ ਨੂੰ ਖਿਲਾ ਦਿੰਦਾ ਕੋਈ ਕਿਸੇ ਨੂੰ ਮੂੰਹ 'ਚ ਪਾਉਂਦਾ ਨਹੀਂ ਪਾਉਂਦਾ ਤੁਸੀਂ ਬੈਠੇ ਹੋ ਮੈਂ ਬੈਠਾ ਮੇਰੇ ਹੋਰ ਬਹੁਤ ਦੋਸਤ ਹੈਗੇ ਆ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਹੈਗੇ ਆ ਜਿਹੜੇ ਡਰੱਗ ਦੇਖਦੇ ਵੀ ਨਹੀਂ ਔਰ ਕਦੀ ਡਰੱਗ ਯੂਜ਼ ਵੀ ਨਹੀਂ ਕਰਦੇ ਗਏ ਈਵਨ ਅਮਰੀਕਾ 'ਚ ਹੁਣ ਸਾਡਾ ਅਮਰੀਕਾ 'ਚ ਵੀ ਮਾੜਾ ਜਿਹੜਾ ਘਰ ਫੈਮਲੀ ਉੱਥੇ ਹੈਗੀ ਆ ਉੱਥੇ ਵੀ ਡਰੱਗ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਕਿ ਜਗ੍ਹਾ ਜਗ੍ਹਾ ਡਰੱਗ ਲੋਕ ਕਰਦੇ ਆ ਬਟ ਇਹਦਾ ਹੱਲ ਕਿਤੇ ਵੀ ਅਗਰ ਹੋਇਆ ਉਹ ਸਮਾਜ ਨੇ ਰਲ ਕੇ ਕਰਤਾ ਤਾਂ ਹੋਇਆ ਨਿਕਲਣ ਦੇ ਹੱਲ ਨਹੀਂ ਹੋਣਾ ਇਹ ਜਵਾਨੀਆਂ ਸਾਡੀਆਂ ਡੁੱਬਦੀਆਂ ਰਹਿਣੀਆਂ ਆਪਾਂ ਦੋਸ਼ ਦਿੰਦੇ ਰਹਿਣਾ ਤੇ ਇਹਦਾ ਇਹ ਮਾਮਲਾ ਅੱਗੇ ਤੋਂ ਅੱਗੇ ਵਧੀ ਜਾਣਾ ਅੱਗੇ ਤੋਂ ਅੱਗੇ ਵਧੀ ਜਾਣਾ ਸਰਕਾਰਾਂ ਕੁਛ ਨਹੀਂ ਕਰ ਸਰਕਾਰਾਂ ਗੋਲੀ ਨਹੀਂ ਮਾਰ ਸਕਦੀਆਂ ਸਰਕਾਰਾਂ ਨੂੰ ਆਪਾਂ ਨੂੰ ਅੱਗੇ ਆਉਣਾ ਪੈਣਾ ਰਮਨ ਜੀ ਭਾਜੀ ਤੁਸੀਂ ਮੈਂ ਦੇਖਿਆ ਤੁਸੀਂ ਕਾਫੀ ਹਾਰਡ ਵਰਕ ਕਰ ਰਹੇ ਹੋ ਇਸ ਚੀਜ਼ ਨੂੰ ਲਾਈਨ ਤੇ ਲਿਆਉਣ ਲਈ ਪਰ ਤੁਹਾਨੂੰ ਰੂਟ ਕਾਜ਼ ਕੀ ਲੱਗਦੀ ਹੈ ਕੀ ਕੀ ਪ੍ਰੋਬਲਮ ਕੀ ਹੈ ਯੂਥ ਤਾਂ ਇੱਕ ਪਾਸੇ ਛੱਡ ਦਿੰਦੇ ਮੁੰਡਿਆਂ ਨੂੰ ਛੱਡ ਦਿੰਦੇ ਕੁੜੀਆਂ ਨੂੰ ਛੱਡ ਦਿੰਦੇ ਮੈਂ ਦੇਖਿਆ ਕਿ ਅੱਜ ਤੋਂ ਕੋਈ 30-40 ਸਾਲ ਪਹਿਲਾਂ ਚਲੇ ਜਾਈਏ 30 ਸਾਲ ਪਹਿਲਾਂ ਤਾਂ ਕੋਈ ਬਜ਼ੁਰਗ ਹੁੰਦਾ ਸੀ ਉਹ ਵੀ ਇੱਕ ਲਿਮਿਟਿਡ ਜੀ ਜਿਹੜੀ ਰੈਗੂਲਰ ਡਰਿੰਕ ਆ ਉੱਤੇ ਆਪਾਂ ਉਹਨੂੰ ਵੀ ਸਹੀ ਨਹੀਂ ਕਹਿ ਰਹੇ ਟੀ ਵੀ 'ਤੇ ਉਹ ਵੀ ਨਹੀਂ ਚਾਹੀਦੀ ਗੀ ਪਰ ਮੇਰਾ ਕੁਐਸਚਨ ਇਹ ਹੈ ਕਿ ਜਿਹੜਾ ਛੋਟੇ ਬੱਚਿਆਂ ਤੋਂ ਲੈ ਕੇ ਲੇਡੀਜ਼ ਤੱਕ ਕੰਮ ਚਲਾ ਗਿਆ ਇਹਦਾ ਰੂਟ ਕਾਜ਼ ਮਤਲਬ ਘਰੋਂ ਪਿਆਰ ਇਨਫ ਨਾ ਮਿਲਣਾ ਜਾਂ ਗਰੀਬੀ ਜਾਂ ਅਨਇੰਪਲੋਇਮੈਂਟ ਜਾਂ ਤਿੰਨੋਂ ਹੀ ਦੇਖੋ ਜੀ ਨਾ ਤਾਂ ਗਰੀਬੀ ਹੈ ਪਹਿਲੀ ਗੱਲ ਤਾਂ ਜੇ ਗਰੀਬ ਹੋਵੇ ਤਾਂ ਸਾਰੇ ਗਰੀਬ ਨਸ਼ਾ ਕਰਨ ਪਹਿਲੀ ਗੱਲ ਤਾਂ ਇਹਦਾ ਇੱਕੋ ਹੀ ਕਾਰਨ ਹੈ ਕਿ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਹੁੰਦੀ ਆਪਾਂ ਇੱਕ ਦੂਜੇ ਨੂੰ ਇਗਨੋਰ ਕਰਦੇ ਹਾਂ ਸਾਨੂੰ ਪਤਾ ਹੈ ਕਿ ਸਾਡੀ ਫੈਮਿਲੀ 'ਚ ਕੋਈ ਬੰਦਾ ਡਰੱਗ ਕਰਦਾ ਕੋਈ ਸ਼ਰਾਬ ਪੈਂਦਾ ਉਹਨੂੰ ਕਾਉਂਸਲਿੰਗ ਦੀ ਲੋੜ ਹੈ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੀ ਲੋੜ ਹੈ ਸਮਝਾਉਣ ਦੀ ਲੋੜ ਹੈ ਸਭ ਤੋਂ ਪਹਿਲਾਂ ਜ਼ਿੰਮੇਵਾਰ ਡਰੱਗ ਨੂੰ ਵਧਾਉਣ ਲਈ ਜਾਂ ਬੱਚੇ ਨੂੰ ਨਾ ਰੋਕਣ ਲਈ ਉਹਦੀ ਪਰਿਵਾਰ ਹੈ ਜਦ ਤੱਕ ਪਰਿਵਾਰ ਅੱਗੇ ਨਹੀਂ ਆਉਣਗੇ ਆਪਣੇ ਨਾ ਪਰਿਵਾਰ ਨੂੰ ਤਾਂ ਪਤਾ ਹੁੰਦਾ ਮਾਂ ਨੂੰ ਪਤਾ ਹੁੰਦਾ ਮੇਰਾ ਮੁੰਡਾ ਕਿੱਥੋਂ ਆਇਆ ਰਾਤ ਨੂੰ ਭੈਣਾਂ ਭਰਾਵਾਂ ਨੂੰ ਪਤਾ ਹੁੰਦਾ ਕਿ ਮੇਰਾ ਭਰਾ ਜਿਹੜਾ ਦੂਜਾ ਹੈ ਜਾਂ ਇੱਕ ਮੰਨ ਲਓ ਭਰਾ ਕਰਦਾ ਇੱਕ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਇਹ ਕਿਹੜੀ ਸੰਗਤ 'ਚ ਬਹਿੰਦਾ ਠੀਕ ਹੈ ਉਹਨੂੰ ਕਾਉਂਸਲਿੰਗ ਦੀ ਲੋੜ ਹੈ ਸਭ ਤੋਂ ਪਹਿਲੀ ਜਿਹੜੀ ਕਾਉਂਸਲਿੰਗ ਹੈ ਸਭ ਤੋਂ ਪਹਿਲੀ ਇਮਾਨਦਾਰੀ ਕੋਸ਼ਿਸ਼ ਅਗਰ ਹੋ ਸਕਦੀ ਤਾਂ ਪਰਿਵਾਰ ਬਣਾਉਣੀ ਹੈ ਜੀ ਫੈਮਲੀਜ਼ ਨੂੰ ਅੱਗੇ ਆਉਣਾ ਪੈਣਾ ਹੈ ਇਹਦੇ 'ਚ ਆਪਾਂ ਦੋਸ਼ ਨਾ ਤਾਂ ਅਨਪਲੋਇਮੈਂਟ ਨੂੰ ਲਾ ਸਕਦੇ ਨਹੀਂ ਤਾਂ ਨਾ ਸਾਰੇ ਅਨਪਲੋਇਡ ਜਿਹੜੇ ਹੈਗੇ ਆ ਉਹ ਨਸ਼ੇ ਹੀ ਕਰਦੇ ਹੁੰਦੇ ਇਦਾਂ ਨਹੀਂ ਹੋ ਸਕਦਾ ਇਹਦਾ ਜਾਂ ਜੇ ਕੋਈ ਬਹੁਤ ਪੈਸਾ ਹੈ ਉਹੀ ਨਸ਼ਾ ਕਰਦਾ ਹੁੰਦਾ ਕਿਉਂਕਿ ਉਹ ਤਾਂ ਈਜ਼ੀ ਹੈਗਾ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਮਤਲਬ ਹੈ ਕਿ ਨਸ਼ਾ ਜਿਹੜੀ ਹੈ ਸਮਾਜ ਦੇ ਹਰ ਵਰਗ 'ਚ ਹੈਗਾ ਹਰ ਵਰਗ 'ਚ ਨਸ਼ਾ ਹੈਗਾ ਹਰ ਵਰਗ ਦੇ ਲੋਕ ਸਹੀ ਹੈ ਜਿਹੜੇ ਨਸ਼ਾ ਨਹੀਂ ਕਰਦੇ ਇਹ ਸਮਾਜਿਕ ਸਮੱਸਿਆ ਹੈ ਪਰਿਵਾਰਿਕ ਸਮੱਸਿਆ ਪਰਿਵਾਰ ਹੀ ਇਹਨੂੰ ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਅਗਰ ਇਹਨੂੰ ਅਸੀਂ ਖਤਮ ਕਰ ਸਕਦੇ ਤਾਂ ਸਾਡੇ ਪਰਿਵਾਰ ਹੀ ਅੱਗੇ ਆਉਣਗੇ ਖਤਮ ਹੋਣਾ ਪਰਿਵਾਰ ਅੱਗੇ ਨਹੀਂ ਆਉਣਗੇ ਨਾ ਫਿਰ ਪਿੰਡ ਅੱਗੇ ਆਊਗਾ ਨਾ ਸਰਪੰਚ ਅੱਗੇ ਆਊਗਾ ਨਾ MLA ਅੱਗੇ ਆਊ ਨਾ ਸਰਕਾਰ ਅੱਗੇ ਜੀ 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 ਰਮਨ ਜੀ ਕੀ ਕਾਰਨ ਹੈ ਮੈਨੂੰ ਇੱਕ ਗੱਲ ਸਮਝਾਓ ਕਿ ਤੁਸੀਂ ਪੰਜਾਬ ਤੋਂ 2.5 ਗੁਣਾ ਵੱਡਾ ਜਿਹੜਾ ਬਾਰਡਰ ਹੈ ਰਾਜਸਥਾਨ ਦਾ ਹੈ ਪਾਕਿਸਤਾਨ ਦੇ ਨਾਲ ਆਪਾਂ ਕਿਸੇ ਕੰਟਰੀ ਵੱਲ ਉਂਗਲ ਨਹੀਂ ਕਰ ਰਹੇ ਕਿ ਉਹ ਪੈਸੀਫਿਕਲੀ ਸਾਡੇ ਵੱਲ ਭੇਜ ਰਿਹਾ ਉਸ ਤੋਂ ਬਾਅਦ ਗੁਜਰਾਤ ਬਾਰਡਰ ਉਸ ਤੋਂ ਵੀ ਲੰਮਾ ਹੈ ਕੀ ਕਾਰਨ ਹੈ ਕਿ ਪੰਜਾਬ ਨੂੰ ਹੀ ਹਾਂ ਇੱਕਾ ਦੁੱਕਾ ਖਬਰਾਂ ਰੋਜ਼ ਦੀਆਂ ਕਿ ਉੱਥੇ ਵੀ ਆਹ ਕੰਮ ਚੱਲਦਾ ਆ ਪਰ ਕੀ ਗੱਲ ਹੈ ਕਿ ਇਹ ਜਿਹੜਾ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸਪਲਾਈ ਦੇ ਵਿੱਚ ਟਾਰਗੇਟ ਨਹੀਂ ਕੀਤਾ ਜਾ ਰਿਹਾ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਪੰਜਾਬ ਜਿਹੜੀ ਸਰਹੱਦ ਹੈ ਨਾ ਜਿਹੜੀ ਹੈਗੀ ਹੈ ਇਹ ਈਜ਼ੀ ਹੈ ਉਹਨਾਂ ਵਾਸਤੇ ਜਿਹੜੀ ਰਾਜਸਥਾਨ ਦੀ ਹੈ ਇਹ ਥੋੜ੍ਹਾ ਜਿਹਾ ਹਿਊਮਨ ਵਾਸਤੇ ਬੜੀ ਡਿਫੀਕਲਟ ਹੈ ਉਹਨੂੰ ਪਾਰ ਕਰਨਾ ਜਾਂ ਉਹਦੇ ਉੱਤੇ ਕਰਨਾ ਪੰਜਾਬ ਦੇ ਵਿੱਚੋਂ ਉਹਨਾਂ ਲਈ ਈਜ਼ੀ ਹੈ ਪੰਜਾਬ ਜਿਹੜਾ ਸਾਡੇ ਨਾਲ ਹੀ ਸਾਡਾ ਮੁਲਕ ਹੈ ਜਿਹੜੇ ਨਾਲ ਸਾਡਾ ਜਿਹੜਾ ਗੁਆਂਢੀ ਮੁਲਕ ਹੈ ਸਾਰੀ ਜਿਹੜੀ ਜਿਹੜੀ ਜਿੰਨਾ ਦੁਨੀਆਂ ਭਰ ਦਾ ਨਸ਼ਾ ਹੈ
ਇਹ ਅਫਗਾਨਿਸਤਾਨ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਵੱਲ ਦੀ ਹੋ ਕੇ ਰੂਟ ਜਿਹੜਾ ਹੈ ਇੰਡੀਆ ਵੱਲ ਦੀ ਹੋ ਕੇ ਬਾਹਰ ਜਾ ਸਾਰੀ ਦੁਨੀਆ ਵਿੱਚ ਜਾਂਦਾ ਹੈ। ਇਹ ਸਾਰੀ ਦੁਨੀਆ ਨੂੰ ਪਤਾ ਹੈ, ਯੂਨਾਈਟਿਡ ਨੇਸ਼ਨਸ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਨਸ਼ਾ ਜਿਹੜਾ ਹੈਗਾ ਉਹ ਹੈ। ਉਹ ਫਿਰ ਜਦੋਂ ਇਹ ਲੋਕ ਜਿਹੜੇ ਨਸ਼ੇ ਦੇ ਵਪਾਰੀ ਹੁੰਦੇ ਆ, ਇਹ ਲੋਕਾਂ ਨੂੰ ਈਜ਼ੀ ਟਾਰਗੇਟ ਰੱਖਦੇ ਆ ਕਿ ਆਪਾਂ ਬਗੈਰ, ਕਿਉਂਕਿ ਬਗੈਰ ਸ਼ਮੂਲੀਅਤ ਤੋਂ, ਬਗੈਰ ਲੋਕ ਜਿਹੜੇ ਲੋਕਾਂ ਨੂੰ ਜਿਸ ਕੰਡੀਸ਼ਨ ਜਾਣਾ ਪਾਵੇ, ਉਹ ਉਸ ਬੰਦੇ ਉਸ ਲਈ ਦੇ ਬੰਦਿਆਂ ਨੂੰ ਨਾਲ ਲੈਂਦੇ ਆ, ਨਸ਼ੇ ਪੈਸੇ ਦਿੰਦੇ ਆ, ਨਸ਼ੇ ਦਿੰਦੇ ਆ, ਜਾਂ ਉਹਨਾਂ ਡਰਾਉਂਦੇ ਆ ਜਾਂ ਵਟੈਵਰ। ਪਹਿਲਾਂ ਉਹਨਾਂ ਨੂੰ ਪਿਆਰ ਨਾਲ ਖਾਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਡਰਾਉਂਦੇ ਆ, ਉਸ ਤੋਂ ਬਾਅਦ ਉਹ ਬੰਦੇ ਨੂੰ ਪੂਰੀ ਚੁੱਕ ਕੇ ਕੰਮ ਕਰਦੇ ਆ। ਔਰ ਉਹਨਾਂ ਲਈ ਜਦੋਂ ਇੱਕ ਵਾਰੀ ਪੈਸਾ ਨਾਲ ਲੱਭਦਾ ਤੇ ਬਹੁਤ ਲੋਕ ਸੋਚਦੇ ਕਿ ਅਸੀਂ ਕਦੇ ਫੜੇ ਨਹੀਂ ਜਾਵਾਂਗੇ, ਅਸੀਂ ਤਾਂ ਥੋੜ੍ਹਾ ਜਿਹਾ ਇੱਥੋਂ ਚੱਕ ਕੇ ਅੱਗੇ ਦੇਣਾ ਨਾ, ਅੱਗੇ ਡਰਾਈਵ ਨਹੀਂ ਕਰਨੀ। ਬਟ ਇਸ ਦਲਦਲ 'ਚ ਅੱਜ ਤੱਕ ਜਿਹੜਾ ਵੀ ਫਸਿਆ, ਜਿਹੜੇ ਵੀ ਪੈਰ ਪਾਇਆ, ਉਹ ਬਾਹਰ ਨਹੀਂ ਨਿਕਲਿਆ, ਬਾਹਰ ਨਹੀਂ ਨਿਕਲਿਆ। ਵੈਰੀ ਗੁੱਡ, ਕਿਤੇ ਵੀ ਚੱਲ ਜਾਓ, ਕਿਤੇ ਵੀ ਚੱਲ ਜਾਓ। ਰਮਨ ਜੀ, ਤੁਸੀਂ ਬਹੁਤ ਸੋਹਣਾ ਕਲੈਰੀਫਿਕੇਸ਼ਨ। ਆਪਣੇ ਕੋਲ ਕੁਐਸਚਨ ਹੋਰ ਨੇ ਜਿਹੜੇ ਸਾਡੇ ਦਰਸ਼ਕਾਂ ਦੇ, ਕਿਉਂਕਿ ਇੱਥੇ ਵੀ ਇੱਕੋ ਦੁੱਖਾਂ ਘਟਨਾਵਾਂ ਹੋ ਗਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗਾ। ਆਪਾਂ ਨੂੰ ਰੁਕਣਾ ਪੈ ਰਿਹਾ ਸਿਰਫ 2 ਮਿੰਟ ਲਈ ਬ੍ਰੇਕ ਲਈ, ਅਤੇ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ। ਦਰਸ਼ਕੋ, ਸਾਡੇ ਨਾਲ ਜੁੜੇ ਨੇ ਰਮਨ ਦੱਤ ਜੀ ਜਲੰਧਰ ਤੋਂ, ਅਤੇ ਆਪਾਂ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਲੀਜ਼ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਆਪਣਾ ਜੁੜੇ ਹੋਏ ਨੇ ਮਾਣਯੋਗ ਰਮਨ ਦੱਤ ਜੀ ਜਲੰਧਰ ਤੋਂ। ਰਮਨ ਭਾਅ ਜੀ, ਕੁਐਸਚਨ ਇੱਥੇ ਖੜਾ ਹੋ ਜਾਂਦਾ ਹੈ, 2 ਕੁਐਸਚਨ ਖੜੇ ਹੁੰਦੇ ਆ। ਆਪਾਂ ਪਹਿਲੇ ਤਾਂ ਜਾਂਦੇ ਹਾਂ ਕਿ ਦੇਖੋ, ਆਪਾਂ ਕਿਸੇ ਸਰਕਾਰ ਨੂੰ, ਜਿਹੜੀ ਪਹਿਲੀ ਸਰਕਾਰ ਸੀ ਆਪਾਂ ਪੰਜਾਬ ਦੀ, ਕੋਸ਼ਿਸ਼ ਸ਼ਾਇਦ ਉਹ ਵੀ ਕਰਦੀ ਹੋਵੇ, ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆਈ, ਕੋਸ਼ਿਸ਼ ਬਹੁਤ ਕੀਤੀ, ਠੱਲ ਪਈ, ਪਰ ਕੀ ਕਾਰਨ ਹੈ ਕਿ ਪੂਰੀ ਤਰ੍ਹਾਂ, ਜਿਹੜੀ ਪੂਰੀ ਤਰ੍ਹਾਂ, ਚਲੋ 100% ਤੱਕ ਕਦੇ ਕਿਤੇ ਕੁਛ ਨਹੀਂ ਹੁੰਦਾ, ਪਰ ਕਾਫੀ ਹੱਦ ਤੱਕ ਜਦੋਂ ਐਨ ਸਿਕੰਜਾ ਕੱਸਣ ਦੇ ਵਿੱਚ ਹਲੇ ਵੀ ਕਮੀ ਹੈ, ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਬਹੁਤ ਆਫੀਸਰ ਨੇ ਇਮਾਨਦਾਰ, ਜਿੱਦਾਂ ਹਰਪ੍ਰੀਤ ਸਿੱਧੂ ਸਾਹਿਬ ਹੋਏ, ਹੋਰ ਹੋਣਗੇ, ਕੋਈ ਆਪਾਂ ਨਾਮ ਨਹੀਂ ਜ਼ਿਆਦਾ ਲੈ ਸਕਦੇ, ਪਰ ਤੁਸੀਂ ਦੱਸੋ ਕਿ ਉੱਥੇ ਕਿੱਥੇ ਕੀ ਕਮੀ ਰਹਿ ਗਈ ਓਵਰ ਦ ਪੀਰੀਅਡ, ਕਿ ਹਲੇ ਪੂਰੀ ਤਰ੍ਹਾਂ ਸਿਕੰਜਾ ਨਹੀਂ ਕੱਸਿਆ ਗਿਆ। ਗੱਲ ਤੇ ਉੱਥੇ ਹੀ ਗੱਲ ਲੈ ਕੇ ਫਿਰ ਗੱਲ ਉੱਥੇ ਆ ਜਾਂਦੀ ਹੈ। ਗੱਲ ਹੈ ਕਿ ਸਰਕਾਰਾਂ ਕੰਮ ਕਰਨਾ, ਸਰਕਾਰ ਕੋਈ ਵੀ ਸਰਕਾਰ ਹੈ, ਭਾਵੇਂ ਦੇਸ਼ ਦੀ ਸਰਕਾਰ ਹੈ, ਭਾਵੇਂ ਸਟੇਟ ਦੀ ਸਰਕਾਰ ਹੈ, ਉਹ ਉਹੀ ਕੰਮ ਕਰੇਗੀ ਜਿਹੜਾ ਲੋਕ ਕਰਨਾ ਕਰਾਉਣਾ ਚਾਹੁੰਦੇ ਆ ਜਿਹੜਾ, ਕਿਉਂਕਿ ਸਾਡਾ ਇੱਕ ਲੋਕ ਰਾਜ ਹੈ, ਅਸੀਂ ਜਿਹੜੇ ਨੁਮਾਇੰਦੇ ਚਾਹੁੰਦੇ ਹਾਂ, ਜੇ ਸਾਡਾ ਇਲਾਕੇ ਦਾ MLA, ਸਾਡੇ ਇਲਾਕੇ ਦਾ ਕੌਂਸਲਰ, ਸਾਡੇ ਇਲਾਕੇ ਦਾ ਸਰਪੰਚ ਅਗਰ ਕਵੇ, ਰੌਲਾ ਪਾਵੇ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਬੰਦਾ ਡਰੱਗ ਵੇਚਦਾ ਹੈ, ਕੋਈ ਵੀ ਸਰਕਾਰ ਜਿਹੜੀ ਹੈ, ਸਰਕਾਰਾਂ ਚਾਹੁਣ ਤਾਂ ਸਭ ਕੁਛ ਹੁੰਦਾ, ਇੱਕ ਦਿਨ 'ਚ ਹੋ ਜਾਂਦਾ ਕੰਮ, ਸਰਕਾਰਾਂ ਚਾਹੁੰਦੀਆਂ, ਮਗਰ ਸਰਕਾਰ ਕੌਣ ਹੈ, ਸਰਕਾਰ ਉੱਪਰੋਂ ਨਹੀਂ ਆਉਂਦੀ, ਸਰਕਾਰਾਂ ਅਸੀਂ ਚੁਣਦੇ ਹਾਂ, ਅਸੀਂ MLA ਬਣਾਉਂਦੇ ਹਾਂ, ਅਸੀਂ ਸਰਪੰਚ ਬਣਾਉਂਦੇ ਹਾਂ, ਅਸੀਂ ਜਦ ਤੱਕ ਆਪ ਨਹੀਂ ਜਾਗਰਿਤ ਹੋਵਾਂਗੇ, ਤੁਹਾਡੇ ਕੋਲ ਜਿਹੜੀ ਮਰਜ਼ੀ ਸਰਕਾਰ ਆ ਜਾਏ, ਜਿਹੜੀ ਮਰਜ਼ੀ ਡੈਮੋਕ੍ਰੇਸੀ, ਜਿਹੜੀ ਮਰਜ਼ੀ ਸਰਕਾਰ ਆ ਜਾਏ, ਉਹ ਨਸ਼ਾ ਬੰਦ ਨਹੀਂ ਕਰ ਸਕਦੀਆਂ, ਨਹੀਂ ਕਰ ਸਕਦੀ। ਕਾਰਨ ਹੈ ਕਿ ਜਦ ਤੱਕ ਅਸੀਂ ਲੋਕ ਖੁਦ ਅੱਗੇ ਆ ਕੇ ਨਹੀਂ ਰੌਲਾ ਪਾਵਾਂਗੇ, ਅਸੀਂ ਆਪ ਇਹਨੂੰ ਨਹੀਂ ਰੋਕਣ ਲਈ ਕੰਮ, ਸਰਕਾਰਾਂ ਨੇ ਉਹ ਕੰਮ ਕਰਨੇ ਆ ਜਿਹੜੇ ਲੋਕਾਂ ਨੂੰ ਅੱਛੇ ਲੱਗਦੇ ਆ। ਸਰਕਾਰਾਂ ਨੇ ਦੇਖਣਾ ਕਿ ਅਸੀਂ ਅਗਰ ਬੰਦਾ ਫੜਦੇ ਹਾਂ ਜਾਂ ਕੋਈ ਰੌਲਾ ਪਾਉਂਦੇ, ਸਰ ਉੱਥੇ ਜਦੋਂ ਪਿੰਡ ਦੇ ਜਾਂ MLA ਨੇ ਉਹਦੀ ਸਿਫਾਰਿਸ਼ ਕਰ ਦਿੱਤੀ, ਠੀਕ ਹੈ ਨਾ, MLA ਸਿਫਾਰਿਸ਼ ਕਰੂਗਾ, ਦੇਖੋ ਇੱਕ ਸਮਾਜ ਹੈ, ਉਹ ਸਾਰਾ ਡੈਮੋਕ੍ਰੈਟਿਕ ਸਿਸਟਮ ਚੱਲਦਾ, ਜਿਹੜੇ ਬੰਦੇ ਉਹਦੇ ਕੋਲ ਗਏ ਉਹਨੇ ਉਹਦਾ ਕਹਿਣਾ ਉਹਦੇ ਨਾਲ ਚੱਲਣਾ, ਜੇ 15 ਮਾੜੇ ਬੰਦੇ ਚੱਲ ਗਏ ਉਹਨੇ ਉਹਦੇ ਕੋਲ ਵੀ ਫੋਟਾਂ ਲੈਣੀਆਂ, 15 ਜਿਹੜੇ ਚੰਗੇ ਚੱਲ ਗਏ ਉਹ ਅਸੀਂ ਉਹਨੂੰ ਬਲੇਮ ਨਹੀਂ ਕਰ ਸਕਦੇ। ਅਸੀਂ ਬੜੇ ਈਜ਼ੀ ਦੁਨੀਆ 'ਚ ਹੈਗਾ ਕਿ ਪੋਲੀਟੀਸ਼ੀਅਨ ਨੂੰ ਜਾਂ ਸਰਕਾਰਾਂ ਨੂੰ ਬਲੇਮ ਕਰ ਦਿਓ ਤਾਂ ਆਪਣੀ ਛੁੱਟੀ ਹੋ ਗਈ, ਅਸੀਂ ਪਰੇ ਹੋ ਗਏ, ਸਪਿੰਨਰ ਨਾਲ ਗੱਲ ਕੱਢੀ ਤੇ ਦੌੜ ਗਏ, ਮਤਲਬ ਅਸੀਂ ਹੱਲ ਵੱਲ ਨਹੀਂ ਜਾਂਦੇ। ਜੇ ਅਸੀਂ ਹੱਲ ਵੱਲ ਜਾਣਾ ਤੇ ਉਸ ਨੂੰ ਸਾਡੀ MLA ਕੌਣ ਹੈ, MLA ਨੇ ਵੋਟਾਂ ਲੈਣੀਆਂ, ਅਗਰ ਤੁਸੀਂ ਉਹ ਕੋਲ ਚੰਗਾ ਕਰਾਉਣਾ ਚਾਹੁੰਦੇ ਹੋ ਉਹਨੇ ਤੁਹਾਡੇ ਮਗਰ ਚੱਲਣਾ, ਜੇ ਉਹਦੇ ਕੋਲ ਆਪਾਂ ਜਾਣਾ ਹੀ ਨਹੀਂ, ਜੇ ਆਪਾਂ ਰੌਲਾ ਹੀ ਨਹੀਂ ਪਾਉਣਾ, ਜੇ ਆਪਾਂ ਗੱਲ ਹੀ ਨਹੀਂ ਕਰਨੀ, ਜਿਹੜੇ ਕਈ ਜਗ੍ਹਾ ਆਪਾਂ ਦੇਖਣ 'ਚ ਆਇਆ ਇਲਾਕਿਆਂ ਦੇ ਜਿਹੜੇ ਬਦਮਾਸ਼ ਬੰਦੇ ਹੁੰਦੇ ਆ ਜਾਂ ਜਿਹੜੇ ਗਲਤ ਕੰਸਰਨ ਹੁੰਦੇ ਆ, ਕਿਉਂਕਿ ਉਹ ਹਮੇਸ਼ਾ ਉਹਨਾਂ ਨੂੰ ਹਮੇਸ਼ਾ ਖਤਰਾ ਹੁੰਦਾ, ਹਮੇਸ਼ਾ ਉਹਨਾਂ ਨੂੰ ਇਨਸਿਕਿਉਰਿਟੀ ਹੁੰਦੀ ਹੈ, ਉਹ ਪੋਲੀਟੀਕਲ ਬੰਦਿਆਂ ਦੇ ਕੋਲ ਜਲਦੀ ਅੱਗੇ ਚੱਲ ਜਾਂਦੇ ਆ, ਤੇ ਉਹਨਾਂ ਦਾ ਕਹਿਣਾ ਮੰਨਿਆ ਜਾਂਦਾ ਹਰ ਜਗ੍ਹਾ ਤੇ। ਕਾਰਨ ਹੈ ਉਹ ਵੀ ਦੇਖੋ, ਉਹਨਾਂ ਦੀ ਵੋਟ ਵੀ ਉਹੀ ਹੈ ਜਿਹੜੀ ਵੋਟ ਇੱਕ ਸ਼ਰੀਫ ਆਦਮੀ ਦੀ ਹੈ, ਜਿਹੜੀ ਹੈ ਰਮਨ ਭਾਜੀ। ਦੇਖੋ ਤੁਹਾਨੂੰ ਮੈਂ 1 ਮਿੰਟ ਲਈ ਟੋਕ ਰਿਹਾ, ਇਹਦੇ ਵਿੱਚ ਕੁਐਸਚਨ ਇਹ ਹੋ ਜਾਂਦਾ ਕਿ ਇੱਥੇ ਵੀ ਡੈਮੋਕ੍ਰੇਸੀ ਆ ਇਹਨਾਂ ਕੰਟਰੀ, ਤੁਸੀਂ ਆਉਂਦੇ ਰਹਿੰਦੇ ਹੋ ਇੱਥੇ, ਜਦੋਂ ਸ਼ਿਕੰਜੇ 'ਚ ਇੱਕ ਵਾਰ ਆ ਜਾਂਦਾ ਨਾ ਕੋਈ, ਜੇ ਉਹ ਵਿਦ ਪਰੂਫ ਫੜਿਆ ਗਿਆ, ਉਹਨੂੰ ਸਜ਼ਾ ਲਾਜ਼ਮੀ ਹੈ, ਉਹ ਚਾਹੇ ਉਹਦੇ ਮਾਂ ਬਾਪ MP ਕੋਲ ਚਲੇ ਜਾਣ, MLA ਕੋਲ ਚਲੇ ਜਾਣ, ਜੋ ਵੀ, ਇੱਥੇ ਤੁਹਾਨੂੰ ਨਹੀਂ ਲੱਗਦਾ ਆਪਾਂ ਕਿਤੇ ਨਾ ਕਿਤੇ ਮਾਰ ਖਾ ਰਹੇ ਹਾਂ? ਦੇਖੋ ਮੈਂ ਪਿਛਲੇ ਕਾਫੀ ਸਾਲਾਂ ਤੋਂ, ਬਲਕਿ 2 decades ਤੋਂ, ਮੈਂ ਸਕੂਲ ਟਾਈਮ ਤੋਂ ਹੀ ਸੋਸ਼ਲ ਲਾਈਫ ਦੇ ਵਿੱਚ ਹੈਗੇ ਹਾਂ, ਅਸੀਂ ਐਕਟਿਵ ਹੈਗੇ ਹਾਂ ਪੋਲੀਟੀਕਲੀ ਸੋਸ਼ਲ ਲਾਈਫ ਦੇ, ਇੱਥੇ ਵੀ
ਜੇਲਾਂ ਭਰੀਆਂ ਹੀ ਹੋਈਆਂ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਭਾਵੇਂ ਨਸ਼ਾ ਵੇਚਦੇ ਆ ਭਾਵੇਂ ਗਲਤ ਕੰਮ ਕਰਦੇ ਉਹਨਾਂ ਦੀ ਜੇਲ੍ਹ ਹੁੰਦੀ ਹੁੰਦੀ ਭਾਵੇਂ ਮੰਤਰੀ ਹੋਵੇ ਭਾਵੇਂ ਸੁੰਦਰੀ ਹੋਵੇ ਜਿਹੜਾ ਵੀ ਕਾਰਨ ਇਹ ਹੈ ਕਿ ਹੁਣ ਇੱਦਾਂ ਦੁਨੀਆਂ 'ਚ ਕਿਤੇ ਵੀ ਹੈ ਜਿਹੜਾ ਹੁਣ ਗੱਲ ਹੈ ਕਿ ਜਿਹੜਾ ਬੰਦਾ ਔਰਗਨਾਈਜ਼ਡ ਕ੍ਰਾਈਮ ਕਰ ਜਿਹੜਾ ਔਰਗਨਾਈਜ਼ਡ ਕ੍ਰਾਈਮ ਕਿਤੇ ਵੀ ਹੈਗਾ ਉਹਦੇ ਵਿੱਚ ਜਿਹੜਾ ਜਿਹੜੇ ਉਹਨਾਂ ਦੇ ਕਿੰਗ ਪਿੰਨ ਆ ਜਿਹੜੇ ਵੱਡੇ ਬੰਦੇ ਜਿਹੜੇ ਹੈਗੇ ਆ ਉਹ ਫੜਨੇ ਸਾਰੀ ਦੁਨੀਆਂ ਲਈ ਔਖੇ ਹੋ ਜਾਂਦੇ ਆ ਭਾਵੇਂ ਇੰਡੀਆ ਵੇ ਭਾਵੇਂ ਬਾਹਰ ਉਹ ਉੱਥੇ ਖਤਮ ਹੁੰਦੇ ਆ ਜਦੋਂ ਪੋਲੀਟੀਕਲ ਬਿੱਲ ਹੁੰਦੀ ਪੋਲੀਟੀਕਲ ਬਿੱਲ ਉਦੋਂ ਬਣਦੀ ਹੈ ਜਦੋਂ ਲੋਕੀ ਨਾਲ ਹੁੰਦੇ ਸਰਕਾਰਾਂ ਦੇ ਕੋਈ ਵੀ ਸਰਕਾਰ ਉਹ ਕੰਮ ਉਹਨੇ ਕੰਮ ਕਰਨਾ ਹੈ ਉਹਨੇ ਤੇ ਉਹ ਉਹਨੇ ਜਦੋਂ ਕੰਮ ਕਰਨਾ ਹੈ ਉਹਨੂੰ ਲੋਕਾਂ ਦਾ ਸਾਥ ਹੱਲਾਸ਼ੇਰੀ ਲੋਕਾਂ ਦਾ ਸਾਥ ਨਾਲ ਚਾਹੀਦਾ ਪੰਜਾਬ ਸਰਕਾਰ ਨੇ ਕੈਪਟਨ ਸਰਕਾਰ ਨੇ ਬਹੁਤ ਕੰਮ ਕੀਤਾ ਉਹਨਾਂ ਨੇ ਅੱਜ ਅਫਸਰ ਚੰਗੇ ਲਾਏ ਸਭ ਕੁਛ ਕੀਤਾ ਪਹਿਲਾਂ ਵੀ ਕੁਛ ਅਫਸਰ ਇਹ ਨਹੀਂ ਕਿ ਹੁਣ ਪਹਿਲੀ ਵਾਰੀ ਹੋਇਆ ਕਿਉਂਕਿ ਆਮ ਜਿਹੜੀ ਜਨਤਾ ਸਾਡੇ ਹਿੰਦੁਸਤਾਨ ਦੀ ਹੈ ਪੰਜਾਬ ਦੀ ਜਿਹੜੀ ਆਮ ਜਨਤਾ ਉਹ ਨਸ਼ੇ ਨਹੀਂ ਕਰਦੀ ਜਿਹੜੀ ਹੈ ਨਸ਼ੇ ਕਰਨ ਵਾਲੇ ਬੰਦੇ ਥੋੜੇ ਹੁੰਦੇ ਮਗਰ ਥੋੜਾ ਬੰਦੇ ਜਿਹੜੇ ਹੁੰਦੇ ਉਹ ਵੀ ਬਦਨਾਮ ਕਰਦੇ ਆ ਕਦੀ ਵੀ ਜਿਹੜਾ ਉਹ ਰੌਲਾ ਵੀ ਜ਼ਿਆਦਾ ਪੈਂਦਾ ਉਹਨਾਂ ਦਾ ਉਹਨਾਂ ਦਾ ਬਦਨਾਮੀ ਵੀ ਸਾਰੇ ਮੁਲਕ ਨੂੰ ਸਾਰੇ ਦੇਸ਼ ਨੂੰ ਹੁੰਦੀ ਹੈ ਸਾਰੇ ਪੰਜਾਬ ਨੂੰ ਸਾਰਿਆਂ ਨੂੰ ਹੁੰਦੀ ਹੈ ਜੀ ਜੀ ਜਿਹੜਾ ਬੰਦਾ ਸ਼ਰੀਫ ਹੁੰਦਾ ਉਹ ਸਾਡੀ ਪ੍ਰੋਬਲਮ ਇਹ ਆ ਵੀ ਉਹ ਆਪਣੀ ਦਿਨਚਰਿਆ ਵਿੱਚ ਫਸਿਆ ਪਿਆ ਉਹ ਕਹਿੰਦਾ ਮੈਂ ਇਸ ਝਗੜੇ 'ਚ ਕੀ ਪੈਣਾ ਮੈਂ ਮੇਰੇ ਨਾਲ ਦੁਸ਼ਮਣੀਆਂ ਪੈ ਜਾਣਗੀਆਂ ਕਿਉਂਕਿ ਉਹ ਜਿਹੜਾ ਔਰਗਨਾਈਜ਼ ਕ੍ਰਾਈਮ ਕਰਦਾ ਉਹ 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 ਥੋੜ੍ਹਾ ਬਦਮਾਸ਼ ਟਾਈਪ ਵੀ ਪਤਾ ਹੁੰਦਾ ਉਹ ਆਮ ਲੋਕ ਜਿਹੜੇ ਹੈਗੇ ਆ ਉਹ ਡਰ ਜਾਂਦੇ ਆ ਉਹ ਕਹਿੰਦੇ ਮੈਂ ਕੀ ਲੈਣਾ ਜਦੋਂ ਪੱਠੇ ਉੱਪਰ ਚੱਲਾਂਗੇ ਜਦੋਂ ਆਪਾਂ ਚੁਣਾਂਗੇ ਸਹੀ ਬੰਦੇ ਜਦੋਂ ਅਸੀਂ ਕਹਾਂਗੇ ਪਿੰਡ ਦੀਆਂ ਬੀਬੀਆਂ ਇਕੱਠੀਆਂ ਬੈਠ ਕੇ ਮੁਹੱਲੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਕਹਿ ਆਪਾਂ ਸੋਚਿਆ ਕਿ ਅਸੀਂ ਆਪਣਾ ਨਸ਼ਾ ਬੰਦ ਕਰਾਉਣਾ ਬੰਦ ਕਰਾਉਣਾ ਜੀ ਕੋਈ ਸਰਪੰਚ ਬਦਮਾਸ਼ ਨੂੰ ਆਪਣੇ ਦਫ਼ਤਰ ਨਹੀਂ ਬੈਠਣ ਨੂੰ ਕੋਈ Right. ਉਹ ਆਪਾਂ ਨੂੰ ਅੱਗੇ ਆਉਣਾ ਪੈਣਾ ਇੰਡੀਆ 'ਚ ਇੱਦਾਂ ਦੀਆਂ ਹਜ਼ਾਰਾਂ ਮਿਸਾਲਾਂ ਜਿੱਥੇ ਜਨਾਨੀਆਂ ਨੇ ਖੜੇ ਹੋ ਕੇ ਸ਼ਰਾਬ ਪੀਣੀ ਬੰਦ ਕਰਤੀ ਬਹੁਤ ਜਗ੍ਹਾ ਇੱਦਾਂ ਦੀ ਹੈਗੀਆਂ ਜਿੱਥੇ ਕਿ MLA ਜਾਂ ਕੌਂਸਲਰ ਜਾਂ ਸਰਕਾਰਾਂ ਜਿਹੜੀਆਂ ਉਹ ਕੋਈ ਵੀ ਗਲਤ ਕੰਮ ਬੰਦੇ ਦਾ ਸਾਥ ਦੇ ਕੇ ਡਰਦੀਆਂ ਜੀ 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 ਡਰਦੀਆਂ ਉਹਨਾਂ ਨੂੰ ਪਤਾ ਗੱਲ ਤਾਂ ਵੋਟ ਦੀ ਹੈ ਉਹਨਾਂ ਨੂੰ ਚਾਹੀਦੀ ਪਾਵਰ ਰਾਈਟ ਸਿੱਧੀ ਗੱਲ ਹੈ ਜੇ ਉਹ ਸਮਝ ਗਿਆ ਪਾਵਰ ਜੀ ਹਾਂਜੀ ਰਮਨ ਭਾਅ ਜੀ ਐਜ਼ ਫਾਰ ਐਜ਼ ਆਪਾਂ ਫਿਰ ਪੰਜਾਬ 'ਤੇ ਆਈਏ ਕਿ ਜਿਹੜੇ ਜਿੱਦਾਂ ਤੁਸੀਂ ਕਹਿ ਦਿੰਦੇ ਹੋ ਡੀ ਐਡਿਕਸ਼ਨ ਸੈਂਟਰ ਜਾਂ ਇੱਥੇ ਰੀਹੈਬ ਸੈਂਟਰ ਕਹਿ ਦਿੰਦੇ ਹਾਂ ਜਿੰਨੀ ਟੋਟਲ ਡਰੱਗਸ ਦੀ ਕੰਜ਼ਿਊਮਿੰਗ ਹੋ ਰਹੀ ਹੈ ਜਿੰਨੇ ਟੋਟਲ ਲੋਕ ਚਾਹੇ ਉਹ ਯੂਥ ਹੈ ਮੁੰਡੇ ਹੈ ਕੁੜੀਆਂ ਹੈ ਜੋ ਵੀ ਹੈ ਉਹਨਾਂ ਦੇ ਜਿਹੜਾ ਇਕਿਊਪਲੈਂਟ 'ਤੇ ਜਿਹੜੀ ਐਡਿਕਸ਼ਨ ਜਿਹੜੇ ਡੀ ਐਡਿਕਸ਼ਨ ਸੈਂਟਰ ਜਾਂ ਰੀਹੈਬ ਸੈਂਟਰ ਬਹੁਤ ਘੱਟ ਹੈ ਇਹ ਬਜਟ ਦੀ ਕਮੀ ਹੈ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਥੋੜ੍ਹੀ ਦਿੱਕਤ ਆ ਰਹੀ ਹੈ ਹੋਰ ਖੋਲ੍ਹਣ 'ਚ ਕਿੱਥੇ ਕਮੀ ਰਹਿ ਰਹੀ ਹੈ ਦੇਖੋ ਡੀ ਐਡਿਕਸ਼ਨ ਸੈਂਟਰ ਤਾਂ ਕਾਫੀ ਹੈਗੇ ਕਾਫੀ ਸਰਕਾਰਾਂ ਨੇ ਵੀ ਬਣਾਏ ਹੋਏ ਪ੍ਰਾਈਵੇਟ NGOs ਨੇ ਵੀ ਬਹੁਤ ਬਣਾਏ ਹੈ ਜੀ ਗੱਲ ਉੱਥੇ ਆਉਂਦੀ ਹੈ ਕਿ ਜਦੋਂ ਸਾਨੂੰ ਇੱਕ ਰਸਤਾ ਜਾ ਇੱਕ ਜਿਹੜਾ ਅਸੀਂ ਉਸ ਆਪਣੇ ਜਿਹੜਾ ਡਰੱਗ ਡਿਕਟ ਹੈ ਉਹ ਦੇਖੋ ਡਰੱਗ ਡਿਕਟ ਜਿਹੜਾ ਹੈਗਾ ਉਹ ਉਹਨੇ ਕੋਈ ਪਾਪ ਨਹੀਂ ਕੀਤਾ ਉਹ ਠੀਕ ਹੈ ਉਹ ਬਿਮਾਰ ਹੈ ਉਹ ਇੱਦਾਂ ਬਿਮਾਰ ਹੈ ਜਿੱਦਾਂ ਇੱਕ TB ਦਾ ਮਰੀਜ਼ ਹੈ ਜਿੱਦਾਂ ਕੋਈ ਕੈਂਸਰ ਦਾ ਮਰੀਜ਼ ਹੈ ਉਹਨੂੰ ਡਰੱਗ ਰੁਕੋ ਚਾਹੀਦੀ ਹੈ ਦੇਖੋ ਉਹਦਾ ਇਲਾਜ ਸਾਨੂੰ ਬੁੱਧੀ ਨਾ ਹੋਣਾ ਉਹਦਾ ਇਲਾਜ ਪਿਆਰ ਨਾ ਹੋਣਾ ਉਹਨੂੰ ਛਿੱਤਰ ਮਾਰ ਕੇ ਜੇਲ੍ਹਾਂ ਕਰਕੇ ਇੱਕ ਅਫਸਰ ਸੀ ਮੈਂ ਤੁਹਾਨੂੰ ਗੱਲ 'ਚ ਫੰਡਦਾ ਪਿਆ ਉਹ ਆਪਣੇ ਆਪ ਨੂੰ ਬਹੁਤ ਇਮਾਨਦਾਰ ਅਫਸਰ ਕਹਿੰਦਾ ਹੈਗਾ ਵੀ ਹੈਵੇ ਇਮਾਨਦਾਰ ਉਸ ਬੰਦੇ ਨੇ ਹਜ਼ਾਰਾਂ ਬੰਦੇ ਫੜ ਲਏ ਡਰੱਗ ਵਾਲੇ ਜਿਹੜੇ ਡਰੱਗ ਖਾਂਦੇ ਸੀ ਉਹਨੇ ਡਰੱਗ ਡੀਲਰ ਨਹੀਂ ਕਪੜਿਆ ਅੱਛਾ ਜਿਹੜਾ ਡਰੱਗ ਖਾਣ ਵਾਲਾ ਬੰਦਾ ਗਰੀਬ ਆਦਮੀ ਹੈ ਉਹਨੂੰ ਜੇਲ੍ਹਾਂ ਭਰਤੀਆਂ ਜੇਲ੍ਹਾਂ ਇੰਨੀਆਂ ਭਰਤੀਆਂ 5-7 ਸਾਲ ਦੀ ਗੱਲ ਹੈਗੀ ਹੈ ਕਿ ਕੋਰਟ ਦੇ 4-4 ਬੱਸਾਂ 'ਚ ਇਹਨਾਂ ਦੀ ਦਵਾਈ ਹੁੰਦੀ ਸੀ ਬੰਦਿਆਂ ਦੀ ਜਿਹੜੇ ਆਉਂਦੇ ਸੀ ਉਹਨਾਂ ਨੂੰ ਫੜਨ ਨਾਲ ਨਹੀਂ ਕੁਛ ਹੋਣਾ ਉਹ ਤੁਸੀਂ ਆਪਣੇ ਬੱਲੇ ਬੱਲੇ ਕਰਾਤੀ ਕਿ ਮੈਂ ਅਫਸਰ ਪੁਲਿਸ ਅਫਸਰ ਬਣਿਆ ਸੀ ਤਾਂ ਦੇਖੋ ਜੀ ਮੈਂ ਫੜ ਲਏ ਫੜੋ ਉਹਨਾਂ ਨੂੰ ਜਿਹੜਾ ਰੂਟ ਕਾਜ਼ ਹੈ ਜਿਹੜਾ ਡਰੱਗ ਵੇਚਦਾ ਪਰ ਜਿਹੜਾ ਬੱਚਾ ਤੇ ਫੜ ਲਿਆ ਚਲੋ ਫੜ ਲਿਆ ਬਹੁਤ ਚੰਗੀ ਗੱਲ ਉਹਨੂੰ ਫੜ ਲਓ ਉਹਨੂੰ ਜੇਲ੍ਹਾਂ 'ਚ ਪਾਉਣ ਨਾਲੋਂ ਉਹਨੂੰ ਡਰੱਗ ਡਿਕਟ ਜਿਹੜੇ ਸੈਂਟਰ ਹੈਗੇ ਰੀਹੈਬ ਸੈਂਟਰ ਉੱਥੇ ਲੈ ਕੇ ਜਾਣਾ ਚਾਹੀਦਾ ਸੀ ਉਹਨਾਂ ਨੂੰ ਹੁਣ ਵੀ ਬਹੁਤ ਲੋਕ ਕਰ ਰਹੇ ਆ ਗੱਲ ਹੈ ਕਿ ਕਮਿਊਨੀਕੇਸ਼ਨ ਦੀ ਔਰ ਸਾਡੀ ਜਨਤਾ ਦੀ ਵਿਲ ਦੀ ਕਮੀ ਹੈ ਜਿਹੜੀ ਕਿ ਹੱਲੇ ਤੱਕ ਇਹਦਾ ਪੂਰੀ ਤਰੀਕੇ ਨਾਲ ਦੇਖੋ ਸੈਂਟਰ ਵੀ ਇੱਥੇ ਹੈਗੇ ਆ ਹੋਰ ਵੀ ਸੈਂਟਰ ਕੋਈ ਮਹਿੰਗੇ ਨਹੀਂ ਬਣਦੇ ਸੈਂਟਰਾਂ 'ਚ ਕੋਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਤਰ੍ਹਾਂ ਦੇ ਮੋਸਟ ਕੇਸਿਸ ਦੇ ਵਿੱਚ ਕਾਉਂਸਲਿੰਗ ਨਾਲ ਹੀ ਕੰਮ ਹੋ ਜਾਂਦਾ ਜੀ 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 ਮੋਸਟ ਕੇਸਿਸ ਦੇ ਵਿੱਚ ਤੁਹਾਨੂੰ ਕੋਈ ਡ੍ਰਿਪ ਲਗਾਉਣ ਦੀ ਜਾਂ ਦਵਾਈਆਂ ਦੇਣ ਦੀ ਲੋੜ ਨਹੀਂ ਪੈਂਦੀ ਬਹੁਤ ਜ਼ਿਆਦਾ ਕੇਸਾਂ 'ਚ ਤਾਂ ਤੁਹਾਨੂੰ ਸਮਝਾ ਬੁਝਾ ਕੇ ਉਹ ਸੈਂਟਰ 'ਚ ਰੱਖ ਕੇ ਉਹਨਾਂ ਨੂੰ ਅੱਛੀ ਤਰੀਕੇ ਇਨਵਾਇਰਮੈਂਟ 'ਚ ਰੱਖ ਕੇ ਉਹ ਸਹੀ ਹੋ ਜਾਂਦੇ ਆ ਔਰ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਬਗੈਰ ਪੈਸੇ ਤੋਂ ਜਨਤਾ ਦੀ ਸੇਵਾ ਕਰਨ ਲਈ ਤਿਆਰ ਬੈਠੇ ਬਹੁਤ ਲੜਕੀਆਂ ਲੜਕੇ ਬਹੁਤ ਐਜੂਕੇਟਡ ਲੋਕ ਹੈਗੇ ਆ ਜਿਹੜੇ ਕਿ ਸਮਾਜ 'ਚ ਕਿਸੇ ਵੀ ਹਿੱਸੇ 'ਚ ਪਹੁੰਚ ਜਾਂਦੇ ਆ ਬਗੈਰ ਕਿਸੇ ਪੈਸੇ ਤੋਂ ਕੰਮ ਕਰਨ ਲਈ ਤਿਆਰ ਬਣੇ ਸੋ ਇਹਦੀ ਨਹੀਂ ਗੱਲ ਹੈ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਵਿਲ ਬਣਾਉਣੀ ਪਏਗੀ ਜਾਂ ਫਿਰ ਨਹੀਂ ਵਿਲ ਬਣੇਗੀ ਹਰ ਸਾਲ ਹਰ ਰੋਜ਼ ਅਸੀਂ ਫਿਰ ਇੱਦਾਂ ਹੀ ਗੱਲਾਂ ਕਰਦੇ ਰਹਾਂਗੇ ਕਿ ਜੀ ਯਾਰ ਨਸ਼ਾ ਬਹੁਤ
ਜੀ ਇਤਨਾ ਬਹੁਤ ਹੋ ਗਿਆ ਜੀ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਨਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਅੱਜ ਇਹ ਵਾਰੀ ਜਿਹੜਾ ਇਹ ਵਾਲਾ ਇਸ਼ੂ ਆ ਜਿਹੜਾ ਇਹਨੂੰ ਚੱਕਿਆ ਕਿਉਂਕਿ ਲੋਕੀ ਅੱਜ ਕੱਲ੍ਹ ਇਹਦੇ ਬਾਰੇ ਗੱਲ ਕਰਨਾ ਅੱਖਾਂ ਬੰਦ ਕਰ ਲੈਂਦੇ ਕਿ ਅੱਖਾਂ ਬੰਦ ਕਰਦੀਆਂ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਹਰ ਮੈਂ ਹਨੇਰਾ ਹੀ ਹੋ ਗਿਆ ਨਹੀਂ 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 ਆਪਾਂ ਜਿੰਨੇ ਚਿਰ ਸਵਾਸ ਚੱਲਦੇ ਆ ਸਮਾਜ ਦੇ ਕੁਛ ਚੰਗੇ ਲਈ ਆਪਾਂ ਜੰਗ ਜਾਰੀ ਰੱਖਾਂਗੇ ਸਿਰਫ ਸ਼ਬਦਾਂ ਦੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਆਪਣੇ ਕੋਲ ਕੋਈ ਕੋਈ ਪ੍ਰੂਫ ਨਹੀਂ ਹੈ ਕਿ ਅਸੀਂ ਫਲਾਣੇ ਦਾ ਨਾਂ ਲੈ ਲਈ ਆਹ ਕਰਦਾ ਉਹ ਕਰਦਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਪਰ ਸਮਾਜ ਦੇ ਵਿੱਚ ਇੱਕ ਆਮ ਬੰਦੇ ਦੀ ਕਿੰਨੀ ਕੁ ਜ਼ਿੰਮੇਵਾਰੀ ਹੈ ਇੱਕ ਦੂਸਰੇ ਦੇ ਪ੍ਰਤੀ ਜੇ ਮੇਰੇ ਨਾਲ ਦੇ ਘਰ ਦਾ ਕੋਈ ਬੱਚਾ ਐਡਿਕਟਡ ਹੈ ਤਾਂ ਮੈਂ ਕੀ ਕਰ ਸਕਦਾ ਉਹਦੀ ਤਾਂ ਉਹਦੇ ਘਰਦਿਆਂ ਦੀ ਹੈਲਪ ਕਰਨ ਲਈ ਮੈਂ ਉਹਦੇ ਲਈ ਗੱਲ ਕਰ ਰਿਹਾ ਰਮਨ ਭਾਅ ਜੀ ਮੈਨੂੰ ਇੱਕ ਗੱਲ ਦੱਸੋ ਜਿਹੜਾ ਡੀ ਐਡਿਕਸ਼ਨ ਸੈਂਟਰ ਜਿਹਨੂੰ ਕਹਿੰਦੇ ਰੀਹੈਬ ਸੈਂਟਰ ਕਹਿੰਦੇ ਆ ਤੁਸੀਂ ਕਾਫੀ ਕੰਪਲੇਂਟਸ ਆਈਆਂ ਜੀ ਪੰਜਾਬ 'ਚੋਂ ਕਿ ਉੱਥੇ ਐਨ ਜੀ ਓਜ਼ ਤੁਹਾਡੇ ਵਰਗੇ ਸਮਾਜ ਸੇਵੀ ਬੰਦੇ ਨੂੰ ਪਿਆਰ ਨਾਲ ਸਮਝਾ ਕੇ ਉੱਥੇ ਛੱਡ ਕੇ ਆਉਂਦੇ ਹੈ ਔਰ ਉੱਥੋਂ ਫਿਰ ਉਹਨਾਂ ਨੂੰ ਦੁਬਾਰਾ ਨਸ਼ਾ ਦਿੱਤਾ ਜਾਂਦਾ ਉਹ ਥੋੜ੍ਹਾ ਜਿਹਾ ਤਾਂ ਕਿ ਸੁੱਤੇ ਰਹਿਣ ਜਾਂ ਕਿੱਦਾਂ ਇਹ ਇਹ ਚੀਜ਼ਾਂ ਦਾ ਸੁਧਾਰ ਲਈ ਤੁਸੀਂ ਕੀ ਕਰ ਰਹੇ ਹੋ ਉਹਦੇ ਉੱਤੇ ਇਹਦੇ ਵਿੱਚ ਦੇਖੋ ਇਹ ਉਹੀ ਚੀਜ਼ ਹੈ ਜਿਹਦਾ ਜੇਲਾ ਜੇ ਲੋਕਾਂ ਕੋਲ ਮੋਬਾਈਲ ਔਰ ਨਸ਼ਾ ਪਹੁੰਚ ਜਾਂਦਾ ਜੀ ਪਹੁੰਚ ਜਾਂਦਾ ਨਾ ਜੇਲਾ ਦੇ ਵਿੱਚ ਨਹੀਂ ਪਹੁੰਚਣਾ ਚਾਹੀਦਾ ਜਿਹਦਾ ਆਪਾਂ ਆਪਾਂ ਆਮ ਤੌਰ ਤੇ ਪੂਰੇ ਇੰਡੀਆ 'ਚ ਵੀ ਈਵਨ ਬਾਹਰ ਵੀ ਆਪਾਂ ਦੇਖਦੇ ਹਾਂ ਜੀ ਪਹੁੰਚ ਜਾਂਦਾ ਨਾ ਜਿਹੜੇ ਇਸ ਤਰ੍ਹਾਂ ਹੁੰਦੇ ਸੋ ਇਹ ਹੈ ਕਿ ਕਰਪਸ਼ਨ ਦਾ ਮਾਮਲਾ ਇਹ ਜਿਹੜਾ ਜਿਹੜਾ ਇਹ ਇਹ ਜਿਹੜਾ ਮਾਮਲਾ ਅਗਰ ਇਦਾਂ ਦੀ ਕੋਈ ਕਿਸੇ ਦੀ ਕੋਈ ਸ਼ਿਕਾਇਤ ਹੈਗੀ ਆ ਉਹ ਉਸ ਇਲਾਕੇ ਦੇ ਲੋਕਾਂ ਨੂੰ ਇਹਦੀ ਕੰਪਲੇਂਟ ਕਰਨੀ ਚਾਹੀਦੀ ਹੈ ਉਹਦੀ ਔਰ ਤੁਹਾਨੂੰ ਮੈਂ ਦੱਸਾਂ ਜੀ ਅਗਰ ਤੁਹਾਡਾ ਇੱਕ ਵਾਰੀ ਤੁਹਾਨੂੰ ਇਹ ਗੱਲ ਇੱਕ ਸਾਰੇ ਆਪਣੇ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਕੋਈ ਕੇਸ ਦਰਜ ਹੁੰਦਾ ਜੀ ਉਹ ਕੇਸ ਦਾ ਫੈਸਲਾ ਹੋਣ ਤੋਂ ਬਗੈਰ ਦੀ ਵੱਡੇ ਵੱਡੇ ਨੇਤਾ ਘਰ 'ਚ ਬਹਿ ਗਏ ਆ ਉਹਦਾ ਕੋਰਟਾਂ ਨੇ ਫੈਸਲਾ ਉਹਦਾ ਕਰਨਾ ਹੀ ਕਰਨਾ ਉਹਦਾ ਫੈਸਲਾ ਹੋਣਾ ਹੀ ਹੋਣਾ ਉਹ ਆਪਾਂ ਨੂੰ ਮਗਰ ਲੱਗਣ ਲੱਗ ਪਈ ਜੇ ਕੋਈ ਬੰਦਾ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਤੇ ਦੇਖੋ ਕਿ ਹੁਣ ਕੱਲ੍ਹ ਪਰਸੋਂ ਅਸੀਂ ਕਿਸੇ ਨਾਂ ਨਹੀਂ ਲੈਣਾ ਇੱਕ ਬਹੁਤ ਵੱਡਾ ਪਲੇਅਰ ਸੀਗਾ ਅਗਰ ਉਹਦੇ 'ਤੇ ਮਰਡਰ ਦਾ ਦੋਸ਼ ਆਇਆ ਸੀਗਾ ਠੀਕ ਹੈ ਨਾ ਇੰਨਾ ਵੱਡਾ ਨਾਮ ਸੀ ਉਸ ਬੰਦੇ ਦਾ ਮੈਂ ਹਲੇ ਨਾਮ ਨਹੀਂ ਲੈਣਾ ਚਾਹੀਦਾ ਕਿਉਂਕਿ ਹਲੇ ਉਹਦੇ ਜਦ ਤੱਕ ਪ੍ਰੂਫ ਨਹੀਂ ਹੁੰਦਾ ਮਗਰ ਸਰਕਾਰ ਨੇ ਲੈ ਲਿਆ ਨਾ ਪੂਰੀ ਤਰੀਕੇ ਨਾਲ ਫੜ ਲਿਆ ਨਾ ਉਹਨੂੰ ਫੜ ਕੇ ਅੰਦਰ ਵੀ ਕਰ ਸਮਝ ਗਿਆ ਜੀ ਇਹ ਜਿਹੜੀ ਚੀਜ਼ ਜਿਹੜੀ ਹੈਗੀ ਨਾ ਇਹ ਆਪਾਂ ਕਹੀਏ ਕਿ ਬੰਦੇ ਫੜੇ ਨਹੀਂ ਜਾਂਦੇ ਜਾਂ ਬੰਦੇ ਜਿਹੜੇ ਇੱਦਾਂ ਗਲਤ ਬੰਦੇ ਹਰ ਜਗ੍ਹਾ ਤੇ ਆ ਗਲਤ ਬੰਦੇ ਜੇਲ੍ਹਾਂ 'ਚ ਵੀ ਹੈ ਅਫਸਰ ਵੀ ਹੈ ਆਮ ਜਨਤਾ ਵੀ ਹੈ ਇਹ ਗਲਤ ਕੌਣ ਹੈ ਕਰਪਟ ਬੰਦੇ ਕੌਣ ਆਪਾਂ ਹੀ ਹੈ ਨਾ ਐਟ ਦੀ ਐਂਡ ਆਫ ਦੀ ਆਪਾਂ ਰੂਟ ਕਾਸਲ ਚਾਹੀਏ ਤਾਂ ਹਾਂਜੀ ਰਮਨ ਭਾਜੀ ਆਪਣੇ ਨਾਲ ਕਾਲਾਂ ਵੀ ਜੁੜ ਗਈਆਂ ਤਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਇਸੇ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਰਮਨ ਦੱਤ ਜੀ ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡੇ ਨਾਲ ਜੁੜੇ ਮਾਣਯੋਗ ਰਮਨ ਦੱਤ ਜੀ ਜਲੰਧਰ ਤੋਂ ਅਤੇ ਆਪਣੇ ਨਾਲ ਕਾਲਰ ਵੀ ਜੁੜ ਗਏ ਰਮਨ ਭਾਅ ਜੀ ਆਪਣੇ ਨਾਲ ਕਾਲਰ ਕਈ ਜੁੜ ਗਏ ਆਪਾਂ ਕਾਲ ਇੱਕ ਦੋ ਕਾਲ ਲੈ ਕੇ ਅੱਗੇ ਵਧਾਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਹੋ ਰਹੇ ਹੋ ਕੌਣ ਸਾਹਿਬ ਬੋਲ ਰਹੇ ਹੋ ਜੀ ਹਾਂਜੀ 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 ਗੁਰਤੇਜ ਭਾਅ ਜੀ ਸਵਾਗਤ ਜੀ ਰਮਨ ਦੱਤ ਜੀ ਆਪਣੇ ਨਾਲ ਜੁੜੇ ਹਾਂ ਕੋਈ ਕੁਐਸਚਨ ਉਹਨਾਂ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਗੁਰਲਾਲ ਭਾਜੀ ਰਮਨ ਭਾਜੀ ਤੇ ਜਸ ਪੰਜਾਬੀ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਟੌਪਿਕ ਲੈ ਕੇ ਆਏ ਆ ਡਰੱਗਸ ਦਾ ਜੀ ਸੋ ਰਮਨ ਭਾਜੀ ਇਹਦੇ ਬਾਰੇ ਤੁਸੀਂ ਦੱਸੋ ਵੀ ਮੇਜਰ ਇਸ਼ੂਜ਼ ਤੁਹਾਡੇ ਸਾਹਮਣੇ ਕਿਹੜੇ ਲੱਗਦੇ ਨੇ ਵੀ ਕਿਹਨਾਂ ਕਰਕੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਜਾਣਾ ਪੈ ਰਿਹਾ ਕੋਈ ਪਰਿਵਾਰਕ ਸਮੱਸਿਆਵਾਂ ਜਾਂ ਕੋਈ ਪਰਿਵਾਰ ਉਹਨਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਕੋਈ ਡਿਪਰੈਸ਼ਨ ਦੀਆਂ ਕਿੱਦਾਂ ਕੁ ਦੀਆਂ ਤੁਸੀਂ ਚੀਜ਼ਾਂ ਦੇਖਦੇ ਆ ਜਿਹਨਾਂ ਕਰਕੇ ਉਹਨਾਂ ਨੂੰ ਆਪਾਂ ਇਹਨਾਂ ਚੋਂ ਬਾਹਰ ਨਹੀਂ ਕੱਢ ਪਾ ਰਹੇ ਬਿਲਕੁਲ ਜੀ ਤੁਸੀਂ ਸ਼ਾਇਦ ਅਸੀਂ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਦੁਆਰਾ ਮੈਂ ਇਹਦੇ ਉੱਤੇ ਗੱਲ ਕਰ ਲੈਂਦਾ ਬੇਸਿਕਲੀ ਕੋਈ ਵੀ ਜਿਹੜਾ ਨਸ਼ਾ ਨਸ਼ਾ ਜਦੋਂ ਬੱਚਾ ਰਮਨ ਭਾਜੀ ਹਾਂਜੀ ਆਪਣੇ ਭਾਜੀ ਕੋਈ ਹੋਰ ਕੁਐਸਚਨ ਹੈ ਤੁਹਾਡਾ ਅਟਵਾਲ ਭਾਜੀ ਜੀ ਜੀ ਠੀਕ ਹੈ ਸੁਣੋ ਹਾਂਜੀ ਹਾਂਜੀ ਗੱਲ ਇਹ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਗੁਰਲਾਲ ਜੀ ਥੋੜੀ ਦੇਰ ਪਹਿਲਾਂ ਕਰ ਰਹੇ ਸੀ ਇਹਦੇ ਬਾਰੇ ਗੱਲ ਫਿਰ ਉਹੀ ਇਹਨਾਂ ਦੇ ਕੁਐਸਚਨ 'ਚ ਇਹਨਾਂ ਦਾ ਆਨਸਰ ਹੈਗਾ ਬੇਸਿਕਲੀ ਕੀ ਹੈ ਜਿਹੜਾ ਨਸ਼ਾ ਜਿਹੜਾ ਹੈਗਾ ਇਹ ਅਗਰ ਆਪਾਂ ਵੈਸਟ ਵੀ ਦੇਖੀਏ ਵੈਸਟ ਵਿੱਚ ਵੀ ਅਗਰ ਜਦੋਂ ਨਸ਼ਾ ਬਹੁਤ ਜ਼ਿਆਦਾ ਇੱਦਾਂ ਸ਼ੁਰੂ ਹੋਇਆ 70s ਦੇ ਵਿੱਚ ਹੋਇਆ ਜਦੋਂ ਫੈਮਿਲੀ ਕਲਚਰ ਜਿਹੜਾ ਟੁੱਟਣਾ ਸ਼ੁਰੂ ਹੋ ਗਿਆ ਉਹਨਾਂ ਦੇ ਪਰਿਵਾਰ ਬੱਚੇ ਇਕੱਲੇ ਇਕੱਲੇ ਰਹਿਣ ਲੱਗ ਪਏ ਔਰ ਇੰਡੀਪੈਂਡੈਂਸ ਜ਼ਿਆਦਾ ਉਹਨਾਂ ਨੂੰ ਪਸੰਦ ਆਉਣ ਲੱਗ ਪਈ ਕਿ ਅਸੀਂ ਇਕੱਲੇ ਰਹਿਣਾ ਅਸੀਂ ਲੈਣਾ ਜਦੋਂ ਕੋਈ ਰੋਕਣ ਟੋਕਣ ਵਾਲਾ ਕੋਈ ਨਹੀਂ ਜਦੋਂ ਆਪਣੇ ਦੂਰੀਆਂ ਸਮਾਜ ਦੀਆਂ ਪਰਿਵਾਰਿਕ ਦੂਰੀਆਂ ਵੱਧ ਜਾਂਦੀਆਂ ਉਦੋਂ ਬੱਚਾ ਅਗਰ ਗਲਤ ਰਸਤੇ ਜਾਂਦਾ ਤਾਂ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਜਦੋਂ ਉਹ ਬਹੁਤ ਜ਼ਿਆਦਾ ਗਲਤ 'ਚ ਫਸ ਜਾਂਦਾ ਉਦੋਂ ਉਹਦੀ ਵਾਪਸੀ ਤਦ ਹੀ ਹੋ ਸਕਦੀ ਜਦੋਂ ਆਪਾਂ ਉਹਨੂੰ ਰਲ ਕੇ ਪਿੱਛੇ ਲੈ ਕੇ ਬੇਸਿਕਲੀ ਡਰੱਗ ਦੀ ਸਮੱਸਿਆ ਜਿਹੜੀ ਨਾ ਇਹ ਹੈਗੀ ਹੈ ਸਮਾਜਿਕ ਸਮੱਸਿਆ ਦੁਨੀਆ ਭਰ ਦੇ ਵਿੱਚ ਭਾਵੇਂ ਇੰਡੀਆ 'ਚ ਹੈ ਭਾਵੇਂ ਅਬਰੋਡ ਹੈ ਕਿਤੇ ਵੀ ਹੈਗਾ ਜਦ ਤੱਕ ਇਹ ਪਰਿਵਾਰ ਇਹ ਪਰਿਵਾਰਿਕ ਸਮੱਸਿਆ ਇਹ ਆਪਣੇ ਇਲਾਕੇ ਦੀ ਸਮੱਸਿਆ ਆਪਣੇ ਪਿੰਡਾਂ ਦੀ ਸਮੱਸਿਆ ਇਹ ਆਪਾਂ ਹੀ ਠੀਕ ਕਰ ਸਕਦੇ ਹਾਂ ਤੇ ਸਾਡੇ ਜਦੋਂ ਅਸੀਂ
ਸਾਡੀਆਂ ਦੂਰੀਆਂ ਵੱਜ ਜਾਂਦੀਆਂ, ਈਗੋ ਪ੍ਰੋਬਲਮਸ ਹੋ ਜਾਂਦੀਆਂ, ਅਸੀਂ ਕਿਸੇ ਨੂੰ ਰੋਕਣ ਰੋਕਣ ਦੀ ਹਿੰਮਤ ਨਹੀਂ ਰੱਖਦੇ। ਜਦੋਂ ਜਦੋਂ ਜੀ ਆਪਣੀ ਮੇਰੀ ਪਰਸਨਲ ਲਾਈਫ ਹੈ, ਠੀਕ ਹੈ ਨਾ, ਜਦੋਂ ਜੀ ਮਾਂ ਬਾਪ ਨੇ ਜਾਂ ਕਿਸੇ ਨੇ ਕੁਛ ਕਿਹਾ ਤੇ ਬੱਚਾ ਘਰ ਛੱਡ ਕੇ ਦੌੜ ਗਿਆ, ਜਾਂ ਜਦੋਂ ਜਦੋਂ ਫੈਮਿਲੀ ਜਿਹੜੀ ਹੈ ਟੁੱਟਦੀਆਂ, ਜਦੋਂ ਫੈਮਿਲੀ ਦਾ ਜਿਹੜਾ 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 ਸਾਡਾ ਫੈਮਿਲੀ ਕਲਚਰ ਸੋਸਾਇਟੀ ਜਿਹੜੀ ਹੈਗੀ ਆ ਉਹ ਇਕੱਠੀ ਸੀ। ਅੱਗੇ ਪੁਰਾਣੇ ਬਜ਼ੁਰਗਾਂ ਕੋਲ ਸੁਣਦੇ ਆਪਾਂ ਗੱਲਾਂ ਕਿ ਸਾਰਾ ਜੁਆਇੰਟ ਫੈਮਿਲੀ ਪੂਰੀਆਂ 15-15 ਬੰਦੇ ਇੱਕ ਘਰ ਰਹਿੰਦੇ ਸੀ, ਤੇ ਜਿਹਦਾ ਮਰਜ਼ੀ ਦਿਲ ਕਰਦਾ ਸੀ ਦੂਜੇ ਦੇ ਬੱਚੇ ਨੂੰ ਸੁਧਾਰ ਦਿੰਦਾ ਸੀ। ਰਾਈਟ ਰਾਈਟ ਤੇ ਹੁਣ ਜਿਹੜਾ ਹੈ ਕੋਈ ਕਿਸੇ ਨੂੰ ਸਮਝਾਉਣ ਵਾਲਾ ਨਹੀਂ, ਜਿਹੜਾ ਜਦੋਂ ਉਹਨੂੰ ਆਦਤ ਪੈ ਜਾਂਦੀ ਹੈ ਕਿ ਅਗਰ ਪਿੰਡ ਦਾ ਕੋਈ ਬੰਦਾ ਕਵੇ, ਵੱਡਾ ਸਿਆਣਾ ਕੋਈ ਕਵੇ ਕਿ ਕਾਕਾ ਤੂੰ ਕੀ ਕਰਦਾ ਪਿਆ, ਨਸ਼ਾ ਕਰਦਾ, ਉਹ ਕਹਿੰਦਾ ਤੈਨੂੰ ਕੀ, ਤੈਨੂੰ ਅੱਛਾ ਚੀਜ਼ ਉਹ ਵੱਡੀ ਕੀ ਪ੍ਰੋਬਲਮ ਕਹਿੰਦਾ ਹੈ ਜਦੋਂ ਉਹਦਾ ਲੜਕੇ ਦਾ ਪਿਓ ਆ ਜਿਹੜਾ ਜਿਹੜਾ ਉਹ ਉਹਦੇ ਆਪਣੇ ਬੇਟੇ ਦੇ ਹੱਕ 'ਚ ਖੜਾ ਹੁੰਦਾ ਹੈ, ਜੋ ਮਰਜ਼ੀ ਕਰੇ ਤੂੰ ਕੋਲ ਉਹਨਾਂ ਕਹਿਣ ਵਾਲਾ ਕਹਿੰਦਾ ਪੂਰਾ ਢਾਂਚਾ ਪਹਿਲਾਂ ਨਾਲੋਂ ਚੇਂਜ ਹੋ ਗਿਆ। ਇੱਕ ਕਿਸੇ ਨਾ ਕਿਸੇ ਤਰ੍ਹਾਂ ਇਹ ਕਾਰਨ ਬਣ ਰਿਹਾ ਇਹਨਾਂ ਚੀਜ਼ਾਂ ਦਾ। ਜੀ, ਢਾਂਚਾ ਆਪਣਾ ਚੇਂਜ ਹੋ ਗਿਆ ਔਰ ਹਾਂਜੀ ਸਮਾਜਿਕ ਤੇ ਸਮਾਜਿਕ ਸਮੱਸਿਆ ਸਮਾਜ ਹੀ ਨੂੰ ਸਹੀ ਕਰ ਸਕਦਾ, ਹੋਰ ਇਹਨੂੰ ਕੋਈ ਸਹੀ ਨਹੀਂ ਕਰ ਸਕਦਾ। ਜੀ 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 ਹਾਂਜੀ ਹਾਂਜੀ ਆਪਣੇ ਅਟਵਾਲ ਸਾਹਿਬ ਕੋਈ ਹੋਰ ਕੁਐਸਚਨ ਜੀ? ਜੀ ਮੈਂ ਇੱਕ ਸਵਾਲ ਹੋ ਰਿਹਾ ਜੀ, ਤੁਸੀਂ ਜਿਹੜੀ ਆਪਣੀ ਕਮਿਊਨਿਟੀ ਹੈ ਜੀ ਉਹਦੇ ਐਟੀਟਿਊਡ ਨੂੰ ਇਹਦਾ ਤੁਸੀਂ ਇੱਕ ਰੀਜ਼ਨ ਮੰਨ ਸਕਦੇ ਆ ਜੀ? ਫੋਰ ਐਗਜ਼ਾਮਪਲ ਜੇ ਮੈਂ ਸ਼ਰਾਬ ਦੀ ਗੱਲ ਕਰਾਂ ਜੀ, ਜੀ ਆਪਣਾ ਤੀਜਾ ਸਾਰਿਆਂ ਨਾਲੋਂ ਵੱਡਾ ਲੀਡਿੰਗ ਕਾਜ਼ ਹੈ ਜੀ ਜਿਹੜਾ ਪ੍ਰੀਵੈਂਟੇਬਲ ਡੈਥ ਜਿਹਨੂੰ ਕਿ ਬਚਾਇਆ ਜਾ ਸਕਦਾ। 50% ਦੇ ਕਰੀਬ ਜਿਹੜੇ ਲਿਵਰ ਦੀਆਂ ਡਿਜ਼ੀਜ਼ਸ ਆ ਜੀ ਉਹ ਸ਼ਰਾਬ ਕਰਕੇ ਆ। ਜੀ 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 40% ਦੇ ਕਰੀਬ ਜਿਹੜੇ ਵੀ ਹਸਪੀਟਲਾਂ ਦੇ ਵਿੱਚ ਮਰੀਜ਼ ਦਾਖਲ ਹੁੰਦੇ ਆ ਉਹ ਸ਼ਰਾਬ ਕਰਕੇ ਆ, ਤੇ ਆਪਣੀ ਕਮਿਊਨਿਟੀ ਦੇ ਵਿੱਚ ਇਹ ਇੰਨੀ ਕੁ ਪ੍ਰਚਲਿਤ ਆ ਕਿ ਆਪਣੀ ਸੋਸਾਇਟੀ ਇਹਦੇ ਵਿੱਚ ਕੋਈ ਕਹਿ ਲਓ ਵੀ ਇਸ ਦਿੱਕਤ ਦੇ ਵਿੱਚ ਯੋਗਦਾਨ ਪਾ ਰਹੀ ਆ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਰਮਨ ਜੀ ਤੁਹਾਨੂੰ ਦੱਸ ਜਾਂ, ਇਹ ਬਹੁਤ ਹੀ ਮਾਣਯੋਗ ਨੇ ਇੱਥੇ ਟਰੇਸੀ ਸਿਟੀ ਪਲਾਨਿੰਗ ਕਮਿਸ਼ਨਰ ਨੇ ਗੁਰਤੇਜ ਅਟਵਾਲ ਜੀ। ਭਾਜੀ ਭਾਜੀ ਕੋਈ ਹੋਰ ਕੁਐਸਚਨ? ਨਹੀਂ ਭਾਜੀ ਇਹ ਲਾਸਟ ਕੁਐਸਚਨ ਜੀ। ਥੈਂਕ ਯੂ, ਧੰਨਵਾਦ ਤੁਹਾਡਾ ਅਟਵਾਲ ਸਾਹਿਬ, ਧੰਨਵਾਦ ਜੀ। ਆਪਣੇ ਨਾਲ ਇੱਕ ਹੋਰ ਕਾਲਰ ਜੁੜ ਗਏ, ਤੁਸੀਂ ਇਕੱਠਾ ਆਨਸਰ ਦੇਣਾ ਰਮਨ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਡਾਕਟਰ ਪੰਨੂ ਬਹੁਤ ਬਹੁਤ ਸਵਾਗਤ ਜੀ, ਬਹੁਤ ਦਿਨਾਂ ਬਾਅਦ ਤੁਸੀਂ ਕਾਲ ਕੀਤੀ ਜੀ। ਅੱਜ ਤੁਹਾਡੇ ਨਾਲ ਰਮਨ ਦੱਤ ਜੀ ਜਲੰਧਰ ਤੋਂ ਜੁੜੇ ਹੋਏ ਆ। ਜੀ 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 ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਾਂਗਾ ਰਮਨ ਜੀ ਨੂੰ ਕਿ ਜਿਸ ਤਰ੍ਹਾਂ ਇਹ ਮੁੱਦਾ ਆਇਆ ਹੈ ਕਿ ਬਹੁਤ ਸਾਰੀਆਂ ਲੜਕੀਆਂ ਨੇ ਬਾਹਰ ਵਿਆਹ ਕੀਤੇ ਔਰ ਉਹਨਾਂ ਦੇ ਹਸਬੈਂਡਸ ਨੇ ਉਹਨਾਂ ਨੂੰ ਦੁਬਾਰਾ ਨਹੀਂ ਸੱਦਿਆ ਔਰ ਉਹਨਾਂ ਦੇ ਕੇਸ ਪੰਜਾਬ ਮਹਿਲਾ ਕਮਿਸ਼ਨ ਕੋਲ ਪਹੁੰਚੇ ਨੇ, ਸਵਾਲ ਮੇਰਾ ਇਹੀ ਹੈ ਕਿ ਪੇਰੈਂਟਸ ਹਰ ਇੱਕ ਚਾਹੁੰਦਾ ਹੈ ਕਿ ਖਾਸ ਕਰਕੇ ਗਰੀਬ ਘਰ ਦੇ ਜਾਂ ਮੀਡੀਅਮ ਕਲਾਸ ਵੀ ਪੇਰੈਂਟਸ ਚਾਹੁੰਦੇ ਨੇ ਕਿ ਸਾਡੀਆਂ ਬੱਚੀਆਂ ਬਾਹਰ ਅਮੈਰੀਕਾ ਕੈਨੇਡਾ ਚਲੀਆਂ ਜਾਣ, ਆਸਟ੍ਰੇਲੀਆ ਚਲੀਆਂ ਜਾਣ, ਔਰ ਉਹਨਾਂ ਨੂੰ ਨੌਲੇਜ ਇੱਥੋਂ ਦਾ ਘੱਟ ਹੁੰਦਾ ਕਿ ਉੱਥੇ ਕੀ ਮਜਬੂਰੀਆਂ ਨੇ। ਉਹ ਚਾਹੁੰਦੇ ਕਿ ਸ਼ਾਇਦ ਸਾਡੀ ਬੱਚੀ ਜਹਾਜ਼ ਚੜ੍ਹ ਗਈ ਜਾਂ ਬਾਹਰ ਚਲੇਗੀ ਤਾਂ ਸਾਡੀ ਜੂਨ ਸੁਧਰ ਜਾਏਗੀ, ਸਾਡੇ ਘਰ ਦਾ ਇਕਨੋਮਿਕਲ ਸਟੇਟਸ ਉੱਚਾ ਚਲੇ ਜਾਏਗਾ, ਪਰ ਉਹਨਾਂ ਨੂੰ ਨੌਲੇਜ ਘੱਟ ਹੁੰਦਾ। ਬਾਹਰ ਜਿਹੜੇ ਬੱਚੇ ਵੈਲ ਸੈਟਲਡ ਨੇ ਉਹ ਵੀ ਹਮੇਸ਼ਾ ਅੱਜ ਕੱਲ੍ਹ ਟਰੈਂਡ ਹੈ ਕਿ ਇੱਥੋਂ ਹੀ ਮੈਚ ਲੱਭਦੇ ਨੇ, ਇੱਥੋਂ ਦੀ ਵੈਲ ਸੈਟਲਡ ਲੜਕੀਆਂ ਲੜਕੀਆਂ ਦਾ ਵਿਆਹ ਕਰਾਉਣਾ ਚਾਹੁੰਦੇ ਨੇ, ਕਿਉਂਕਿ 3-4 ਸਾਲ ਦਾ ਪ੍ਰੋਸੈਸ ਹੋ ਜਾਂਦਾ ਜਦੋਂ ਇੰਡੀਆ ਤੋਂ ਕੋਈ ਬੱਚੇ ਜਾਂ ਬੱਚੀਆਂ ਇੱਥੇ ਆਉਂਦੇ, ਉਹ ਵੀ ਸਮਝਦੇ ਵੀ ਸਾਡਾ ਇੱਥੇ ਹੀ। ਪਰ ਫਿਰ ਵੀ ਜਿਹੜੇ ਰਿਸ਼ਤੇ ਹੋ ਰਹੇ ਨੇ ਗਾਂ ਦੀ ਗਾਂ ਇੱਥੇ, ਰਮਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕੋਈ ਇਹੋ ਜਿਹੀ ਸੰਸਥਾ ਹੈ ਜਾਂ ਜਿਹੜੇ ਇਹਨਾਂ ਪੇਰੈਂਟਸ ਨੂੰ ਗਾਈਡ ਕਰ ਸਕੇ? ਅੱਜ ਕੱਲ੍ਹ ਐਜੂਕੇਸ਼ਨ ਦਾ ਟੈਕਨੋਲੋਜੀ ਦਾ ਜ਼ਮਾਨਾ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਇੱਧਰੋਂ ਇੱਧਰ ਪਤਾ ਕੀਤੀ ਜਾ ਸਕਦੀ ਆ, ਕੋਈ ਇਹੋ ਜਿਹਾ ਪਲੇਟਫਾਰਮ ਹੋਵੇ ਜਿੱਥੇ ਇਹਨਾਂ ਨੂੰ ਪੇਰੈਂਟਸ ਨੂੰ ਲੜਕੀਆਂ ਨੂੰ ਗਾਈਡ ਕੀਤਾ ਜਾ ਸਕੇ ਕਿ ਜਦੋਂ ਤੁਸੀਂ ਕੋਈ ਰਿਸ਼ਤਾ ਗੰਢ ਰਹੇ ਹੋ ਚੰਗੀ ਤਰ੍ਹਾਂ ਉਹਨੂੰ ਇਵੈਲਿਊਏਟ ਕਰੋ ਵੀ ਇਹ ਕੇਸ ਕਿਸ ਤਰ੍ਹਾਂ, ਇਸ ਤਰ੍ਹਾਂ ਦੇ ਏਰੀਏ 'ਚ ਕੋਈ ਕੰਮ ਹੋ ਰਿਹਾ ਹੋਵੇ ਤੇ ਰਮਨ ਜੀ ਇਸ 'ਤੇ ਜ਼ਰੂਰ ਚਾਨਣਾ ਪਾਉਣ ਜੀ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਤੁਸੀਂ ਕਾਲ ਕੀਤੀ ਇੰਨੇ ਦਿਨਾਂ ਬਾਅਦ, ਅਸੀਂ ਮਿਸ ਕੀਤਾ ਜੀ ਤੁਹਾਨੂੰ, ਅੱਜ ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਹੋਰ ਕੋਈ ਕੁਐਸਚਨ? ਬਸ ਇਹੀ ਕੁਐਸਚਨ ਦਾ ਜਵਾਬ ਅਸੀਂ ਰਮਨ ਜੀ ਕੋਲੋਂ ਚਾਹੁੰਦੇ ਹਾਂ। ਠੀਕ ਹੈ, ਧੰਨਵਾਦ ਪੰਨੂ ਸਾਹਿਬ, ਸੁਣੋ ਆਨਸਰ ਸੁਣੋ ਜੀ, ਧੰਨਵਾਦ ਤੁਹਾਡਾ ਕਾਲ ਕਰਨ ਦਾ। ਅਟਵਾਲ ਸਾਹਿਬ ਪਹਿਲਾਂ ਤਾਂ ਅਟਵਾਲ ਸਾਹਿਬ ਦਾ ਆਨਸਰ, ਹਾਂਜੀ ਅਟਵਾਲ ਸਾਹਿਬ ਦਾ ਸੀਗਾ ਜਿਹੜੀ ਐਲਕੋਹਲ ਕੰਜ਼ਿਊਮਿੰਗ, ਤੇ ਪੰਨੂ ਸਾਹਿਬ ਦਾ ਤੁਸੀਂ ਹੁਣੇ ਰੀਸੈਂਟ ਸੁਣੀ ਰਿਹਾ ਜੀ। ਹਾਂਜੀ ਅਟਵਾਲ ਸਾਹਿਬ ਦੀ ਗੱਲ ਜਿਹੜੀ ਹੈ ਬਿਲਕੁਲ ਠੀਕ ਹੈ। ਐਕਚੁਅਲੀ ਕੀ ਹੈ ਕਿ ਬਾਜ਼ਾਰ ਜੋ ਜੋ ਦੁਨੀਆ ਅੱਗੇ ਵੱਧ ਰਹੀ ਹੈ, ਮਾਡਰਨਾਈਜੇਸ਼ਨ ਹੋ ਰਹੀ ਹੈ, ਕਮਿਊਨੀਕੇਸ਼ਨ ਬਹੁਤ ਵੱਧ ਰਿਹਾ ਹੈ ਔਰ ਬਾਜ਼ਾਰ ਓਪਨ ਹੋ ਰਹੇ ਦੁਨੀਆ ਦੇ ਵਿੱਚ। ਜੀ 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 ਆਪਾਂ ਜਿਹੜਾ ਸ਼ਰਾਬ ਵੇਚਣ ਵਾਲਾ ਉਹ ਸ਼ਰਾਬ ਵੀ ਵੇਚ ਰਿਹਾ, ਇੰਡੀਆ ਨੇ ਤਾਂ ਥੱਲੇ ਲਿਖ ਕੇ ਬਣਾਇਆ ਕਿ ਇਹ ਸ਼ਰਾਬ ਪੀਓਗੇ ਤਾਂ ਉਹਦੇ 'ਚ ਖਤਰਾ ਹੈ, ਤੁਹਾਡਾ ਲੀਵਰ ਖਰਾਬ ਹੋ ਸਕਦਾ, ਤੁਸੀਂ ਮਰ ਸਕਦੇ ਹੋ, ਸਿਗਰਟ ਪੀਓਗੇ ਤਾਂ ਇੱਦਾਂ ਹੋ ਸਕਦਾ ਹੈ। ਜੀ ਇਹ ਗਵਰਨਮੈਂਟ ਨੇ ਤਾਂ ਕੰਮ ਕੀਤਾ। ਗੱਲ ਉਹੀ ਆ ਗਈ ਕਿ ਜਦੋਂ ਬਾਜ਼ਾਰ ਵੱਧਦਾ, ਜਦੋਂ ਅਸੀਂ ਫਿਲਮਾਂ ਦੇਖਦੇ ਹਾਂ, ਜਦੋਂ ਅਸੀਂ ਸੁਸਾਇਟੀ ਦੇਖਦੇ ਹਾਂ, ਹਰ ਬੱਚਾ ਸੋਚਦਾ, ਲੜਕੀ ਸੋਚਦੀ, ਅੱਜ ਕੱਲ੍ਹ ਤੁਹਾਨੂੰ ਜਾਣ ਕੇ ਹੋਗਾ ਕਿ ਪਿਛਲੇ
दसा सालों के लड़किया की शराब जी पीण की जी प्रवृत्ति हैगी पंजाब च या इंडिया के वो कई सौ गुणा बढ़ गई है। ज मतलब अगे अगे जरा सिर्फ जो जो टाइम बढ़ी जाता पै यंग लड़के लड़कियां अज वाइन तो शुरू कर दी हैं। अगे वाइन कल्चर नहीं सी इंडिया के अगे वाइन तो बीयर तो और हार्ड रॉक हार्ड विस्की जी पीना स्टार्ट हो गया। वो सारा का सारा गल तो उत्थे आती है वापस उत्थे आती है कि समाज पेरेंट्स पेरेंट्स का कि मेरा 15 साल का बच्चा है घर अगर बाद जाके दसवीं का बच्चा दसवीं का बच्चा या स्कूल का कोई भी बच्चा जो 18 साल तो उपर नहीं हो सकता बारहवीं तक का जो बच्चा तो वह अगर वह बच्चा अगर अपनी ग्रेजुएशन पार्टी अगर बच्चे किसी होटल जाके वाइन या विस्की पीते हैं तो उस दोष यही सैल्फिशनेस हो सकती क्योंकि होटल वाले भी पता कि बच्चे जित जित के वह पीते हैं और जो पेरेंट्स है पेरेंट्स को नहीं पता तो आप सारे समाज रहने माँ बाप को पता नहीं लगता मेरी कुड़ी अज विस्की पी के आई है या कि बैठी है या अखा क्यों बंद कर लेने आप अखा बंद कर लेने सही देखते नहीं असं चैक नहीं करना चाहते गल तो उ आ गई कि दूरियां वादियां असं किसी को कहने का हक हौली हौली खोई जा रहे हैं मेरा लड़का या लड़की है ये बाहर गया तो सबनों है गल जी वापस द्वारा फिर उठी आती है समाज भी कठे हो गए परफेक्ट एग्जाम्पल मैं तुहानू दऊंगा जदों पिछली बार लॉकडाउन लग्या तुहाडी आपदी जलंधर सिटी दे विच एक आफिसर हथ दे रहा ते एक मुंडा नवी ब्रांड न्यू गड्डी लै के उहनू ओह बेचारा आफिसर लकली शुक्र है रब दा बच गया। इत्थे ओह किन्ने आफिसर सीगे किन्ने पुलिस वाले उहनां चों एक ने हथ दित्ता तां उहने उहनू ढंग ता इत्थे एक आफिसर होवे तां 100 बंदा जे कोई कर रहा तो उत्थे खड़ जांदे। आ चीज़ आपां लई नहीं आपां बिशरते की लै ले कि बच्चे बाहर जा रहे है और ड्रिंक कर रहे है और उस चीज़ नूं पहलां अडाप्ट कर लिया उत्थे अपनी प्रॉब्लम आई है। रमन भाजी आपां नूं ब्रेक लैनी पै रही है उस तो बाद आपां पन्नू साहब वाले मुद्दे ते आउंदे हां। दर्शकों साडे नाल बने होए ने रमन दत्त जलंधर तों आपां रुक लें एक छोटी जी ब्रेक लई इसे तरह बने रहो जस पंजाबी ते। स्वागत जी तुहाडा सारिआं दा फेयर प्रोग्राम ओपन प्लेटफॉर्म जस पंजाबी दे मंच तों दर्शक अपने नाल जुड़े ने ऑनरेबल रमन दत्त जी जलंधर तों। रमन भाजी आपां पन्नू साहब दे पॉइंट ते आउणे उहदे बारे मेरे को क्वेश्चन बहुत सी पर अज आपणे को समां इजाजत नहीं दे रहा पर फिर भी उहनां दा क्वेश्चन याद है कि मैं तुहानूं याद करावां कि कोई संस्था इदां दी है जिहड़ा। हाँ जी रमन भाजी उन्हों का बेसिक अपने को 21,000 का अंकड़ा पंजाब महिला कमीशन को चला गया रीसेंटली बहुत मंदभागियां घटना वापरिया ने सो जड़ा वो पूछ रहे थे कि कोई यहोजी संस्था तुसी ऑर्गेनाइज वे ना जे कोई बाहरों मुंडा विआह करवाउण जांदा या कुड़ी विआह करवाउण जांदी है दोनों पासे अजकल हालात खराब है ते वो उत्थे किसी नूं धोखा दे के मुड़ के वापस नहीं आउंदे गे उहदे विच डाउरी भी लिती जांदी है जिहड़े कि बहुत मंदभागी है। तुसी की कहना चाहोगे इहदे बारे? देखो असी इस काम दे विच बहुत ज़्यादा पिछले इंडो अमेरिकन फ्रेंड ग्रुप भी पहला तो बहुत कर रहे हैं पिछले 10-15 साल तो असी बहुत लगे जी और मीडिया के थ्रू जगह जगह पे कैंप लगा के ऑफिसर्स नु लगातार 15 साल तो जिन्हें भी चीफ मिनिस्टर आए हैं उन्होंने बार बार मिल के मीडिया की खबर देख सकते हैं बार बार इसका रौला पा के सरकार चलो इन्हें नहीं समझिया सरकार को कई बार इन्ना टाइम नहीं होता मगर साढ़े लोग काफ़ी हम समझ लग पाए लोग अवेयरनैस तो आई है पहली गल रमन भाई अपन एक कॉल आ गई अपन कॉल ले लिए तो फिर इकट्ठे आंसर कर दे रहे हो तुम जी। सत श्री अकाल जी ऑन एयर हो डॉक्टर बाजवा बहुत बहुत स्वागत जी तुहाडा साढ़े प्रोग्राम च। बड़ा फैशन ड्रग्स
ਬਹੁਤ ਜ਼ਿਆਦਾ ਜੀ, ਤੇ ਸਾਡੇ ਨਾਲ ਸਾਡੇ ਬੱਚੇ ਵੀ ਸੀ। ਤੇ ਜਦੋਂ ਰੇਗਨ ਦੀ ਐਡਮਿਨਿਸਟ੍ਰੇਸ਼ਨ ਆਈ ਜੀ, ਤਾਂ ਉਹਨਾਂ ਨੇ, ਉਹਨਾਂ ਦੀ ਜਿਹੜੀ ਵਾਈਫ ਸੀਗੀ, ਉਹਨੇ ਆਪਣਾ, ਇਹ ਫਸਟ ਲੇਡੀ ਨੇ ਆਪਣਾ ਇਸ਼ੂ ਬਣਾ ਲਿਆ ਵੀ ਮੈਂ ਡਰੱਗ ਦੀ ਜਿਹੜੀ ਪ੍ਰੋਬਲਮ ਆ ਹਟਾਉਣੀ ਹੈ। ਸੋ ਫੈਡਰਲ ਪ੍ਰੋਗਰਾਮ ਬਣੇ, ਉਹਦੇ ਵਿੱਚ ਬੜੀਆਂ ਐਡਸ ਆਉਂਦੀਆਂ ਸੀ। ਇੱਕ ਮੈਨੂੰ ਐਡ ਯਾਦ ਹੈ, ਇੱਕ ਹਾਰਟ ਪਲੇਟ ਹੁੰਦੀ ਸੀ ਬਲ ਦੀ, ਉਹਨੂੰ ਕਹਿੰਦੇ ਸੀ ਵੀ ਇਹ ਡਰੱਗਸ ਹੈ, ਉਹਦੇ ਉੱਤੇ ਇੱਕ ਆਂਡਾ ਪਾਉਂਦੇ ਸੀ, ਕਹਿੰਦੇ ਇਟ ਇਜ਼ ਯੂਅਰ ਬ੍ਰੇਨ, ਵੀ ਇੰਨਾ ਤੁਹਾਨੂੰ ਨੁਕਸਾਨ ਕਰ। ਪਰ ਫਿਰ ਉਹਨਾਂ ਨੇ ਇੱਕ ਇੱਕ ਸੈਕਿੰਡ ਪ੍ਰੋਗਰਾਮ ਬਣਾਇਆ, ਉਹਨੂੰ ਕਹਿੰਦੇ ਸੀ ਡੇਅਰ, DARE, ਸ਼ਾਇਦ ਹੁਣ ਵੀ ਚੱਲਦਾ ਹੋਵੇ। ਉਹ ਸਕੂਲ ਦੇ ਬੱਚਿਆਂ ਹੀ ਸੀਗਾ, ਐਲੀਮੈਂਟਰੀ ਸਕੂਲ 'ਚ ਜੀ, ਐਲੀਮੈਂਟਰੀ ਸਕੂਲ 'ਚ ਸੀ। ਸੋ ਮੈਂ ਇਹ ਪੁੱਛਣਾ ਚਾਹੁੰਦਾ ਰਮਨ ਜੀ ਨੂੰ, ਮੇਰੇ ਹਿਸਾਬ 'ਚ ਉਹ ਬੱਚੇ ਉਹ ਨਰਸਰੀ ਹੈ ਸਾਡੀ ਸਮਾਜ ਦੀ, ਤੇ ਉੱਥੇ ਸਾਨੂੰ ਕਰਨਾ ਚਾਹੀਦਾ ਵੀ ਸਕੂਲਾਂ 'ਚ ਕੀ ਕਰ ਰਿਹਾ। ਪਰ ਨੰਬਰ ਮੇਰੀ ਇੱਕ ਹੋਰ ਗੱਲ ਹੈ ਕਿ 11 ਸਾਲ ਅਸੀਂ ਇੱਥੇ ਸਿਆਸਤ ਦੇਖੀ ਹੈ, ਕਦੀ ਇੱਕ ਪਾਰਟੀ ਨੇ ਦੂਜੀ ਪਾਰਟੀ ਨੂੰ ਇਹ ਬਲੇਮ ਨਹੀਂ ਕੀਤਾ ਵੀ ਤੁਸੀਂ ਡਰੱਗ ਬੜੀ ਵੇਚੀ ਹੈ, ਤੁਹਾਡੇ ਰਾਜ 'ਚ ਡਰੱਗ ਵੇਚਦੀ ਸੀ, ਉਹਨੇ ਕਹਿਣਾ ਤੁਹਾਡੇ 'ਚ ਨਹੀਂ ਵੇਚਦੀ। ਸੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡੀ ਬੁਰਾਈ ਹੈ, ਇਹਦੇ ਨਾਲ ਕ੍ਰਿਮੀਨਲ ਨੂੰ ਹਵਾ ਮਿਲਦੀ ਹੈ, ਇਹ ਆਪਸ 'ਚ ਲੜੀ ਜਾਂਦੇ ਆ, ਕੁਛ ਨਹੀਂ। ਸੋ ਇੱਕ ਤਾਂ ਇਹ ਨਹੀਂ ਹੋਣਾ ਚਾਹੀਦਾ, ਇਹਦੇ ਵਾਸਤੇ ਇਹ ਮੈਂ ਰਮਨ ਜੀ ਨੂੰ ਪੁੱਛਦਾ, ਇਹ ਕਹਿਣ ਲੋਕਾਂ ਨੂੰ ਵੀ, ਦੇਖੋ ਪੋਲੀਟੀਸ਼ੀਅਨ ਤੁਸੀਂ ਪਲੀਜ਼ ਇਸ ਗੱਲ ਨੂੰ, ਇਹ ਲਾ ਐਂਡ ਆਰਡਰ ਦੀ ਗੱਲ ਹੈ, ਇਹਨੂੰ ਆਪਣੇ ਵੋਟ ਬੈਂਕ ਦੇ ਵਿੱਚ ਨਾ ਲਿਆਓ। ਸੋ ਇਹ ਮੇਰੇ ਦੋ ਸਵਾਲ ਹੈ, ਇੱਕ ਸਕੂਲਾਂ ਵਾਲੇ ਤੇ ਇੱਕ ਵੋਟਾਂ ਵਾਲਾ। ਹਾਂਜੀ, ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ, ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਬਾਜਵਾ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ, ਬਾਜਵਾ ਸਾਹਿਬ ਨੇ, ਬਟ ਅਸੀਂ ਇਹਦੇ ਬਾਰੇ ਗੱਲ ਕਰ ਵੀ ਚੁੱਕੇ, ਦੁਬਾਰਾ ਫੇਰ ਕਰ ਦਿੰਦੇ ਹਾਂ ਜੀ 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 ਬਾਰੇ ਆਪਾਂ ਡਿਸਕਸ ਕਰਾਂਗੇ। ਇਹ ਸਾਡੇ ਬੜੇ ਮਾਨਿਓ ਡਾਕਟਰ ਨੇ ਸ਼ਿਕਾਗੋ ਤੋਂ ਫੋਨ ਕਰਦੇ ਆ, ਪੂਰਾ ਪ੍ਰੋਗਰਾਮ ਦੇਖ ਕੇ ਉਹਦੀ ਸਮਰਾਈਜ਼ ਕਰਕੇ ਫੇਰ ਕੁਐਸਚਨ ਕਰਦੇ ਹੁੰਦੇ। ਤੇ ਜੀ ਰਮਨਦਤ ਭਾਜੀ, ਆਪਣੇ ਕੋਲ ਮਿੰਟ ਹੈਗੇ 6, ਤੁਸੀਂ 6 ਮਿੰਟਾਂ 'ਚ ਖੋਲ ਕੇ ਸਮਰਾਈਜ਼ ਕਰੋ। ਮੈਂ ਕਰਦਾ, ਪਹਿਲਾਂ ਤਾਂ ਅਸੀਂ ਬਾਜਵਾ ਸਾਹਿਬ ਦੀ ਗੱਲ ਦੁਬਾਰਾ ਜਿਹੜੀ ਕਰ ਦਿੰਦੇ ਹਾਂ ਜੀ, ਜਿਹੜੀ ਡਰੱਗ ਦੀ ਸਮੱਸਿਆ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ, ਪੰਜਾਬ ਜਿਹੜਾ ਜਾਣਿਆ ਪੈਂਦਾ ਸੀ ਗੱਭਰੂ ਜਵਾਨਾਂ ਨਾਲ, ਮਿਹਨਤੀ ਕਿਸਾਨਾਂ ਨਾਲ ਤੇ ਜਵਾਨਾਂ ਨਾਲ ਜਾਣਿਆ ਜਾਂਦਾ ਸੀ। ਰਾਈਟ ਰਾਈਟ, ਬੇਸਿਕਲੀ ਜਿਹੜੀ ਸਾਡੀ ਪ੍ਰੋਬਲਮ ਪੰਜਾਬ ਦੀ ਹੈ, ਬਿਲਕੁਲ ਸਮਾਜਿਕ ਸਮੱਸਿਆ, ਕੋਈ ਪੋਲੀਟੀਕਲ ਪਾਰਟੀ ਅੱਗੇ ਨਹੀਂ ਆਏਗੀ ਜਦ ਤੱਕ ਸਮਾਜ ਨਹੀਂ ਅੱਗੇ ਆਏਗਾ। ਰਾਈਟ, ਪਹਿਲਾਂ ਵੀ ਇਹਦੇ ਉੱਤੇ ਗੱਲ ਕਰ ਚੁੱਕੇ, ਬੇਸਿਕਲੀ ਜਦੋਂ ਤੱਕ ਆਪਾਂ ਨਹੀਂ ਘਰੋਂ ਨਿਕਲਾਂਗੇ। ਮੈਨੂੰ ਪਤਾ ਕਿ ਮੇਰੇ ਘਰ ਦਾ, ਮੇਰਾ ਬੇਟਾ ਡਰੱਗੀ ਹੈ, ਸਰਪੰਚ ਨੂੰ, ਪਿੰਡ ਦੇ ਸਰਪੰਚ ਨੂੰ, ਪਿੰਡ ਦੇ ਲੋਕਾਂ ਨੂੰ ਪਤਾ ਕਿ ਉਹ ਉਹਨੂੰ ਉਹਦਾ ਇਲਾਜ ਕਰਨਾ ਚਾਹੀਦਾ, ਨਾ ਕਿ ਉਹਨੂੰ ਧੁਤਕਾਰਨਾ ਚਾਹੀਦਾ। ਡਰੱਗੀ ਜਿਹੜਾ ਹੈ ਉਹ ਬਿਮਾਰ ਹੈ, ਜਿਹਦਾ ਕੈਂਸਰ ਹੈ, ਜਿਹਦਾ ਉਹਨੂੰ ਕੋਈ ਬਿਮਾਰੀ ਹੈ, ਡਰੱਗ ਨੂੰ ਧੁਤਕਾਰਿਆ ਨਹੀਂ ਜਾ ਸਕਦਾ। ਸਾਡੇ ਸਿਸਟਮ ਕੀ ਹੈ ਕਿ ਜੇ ਕੋਈ ਡਰੱਗੀ ਹੈ ਉਹਨੂੰ ਸੁਧਾਰਨ ਦਾ ਤਰੀਕਾ ਸਾਡੇ ਕਿ ਜੇਲ੍ਹ ਕਰ ਦਿਓ ਜੀ, ਉਹਨੂੰ ਕਰ ਦਿਓ ਰੂਟ ਕੋਜ਼ ਤੇ ਹੈਗਾ ਉਹਨਾਂ ਨੂੰ ਸਮਾਜਿਕ, ਇਹ ਬੇਸਿਕਲੀ ਇਹ ਸਮਾਜਿਕ ਸਮੱਸਿਆ, ਸਮਾਜ ਨੂੰ ਅੱਗੇ ਆਉਣਾ ਪੈਣਾ, ਜਿੱਦਾਂ ਆਪਾਂ ਸਕੂਲਾਂ ਨੂੰ, ਗੁਰਦੁਆਰਿਆਂ ਨੂੰ, ਮੰਦਰਾਂ ਨੂੰ, ਆਪਾਂ ਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ। ਸਾਨੂੰ ਪਤਾ ਸਾਡੇ, ਦੇਖੋ ਸਰਕਾਰ ਜਿਹੜੀ ਦਿੱਲੀ ਹੈ, ਚੰਡੀਗੜ੍ਹ ਬੈਠੀ ਹੈ, ਉਹਨੂੰ ਨਹੀਂ ਪਤਾ ਕਿ ਫਲਾਣੇ ਪਿੰਡ ਜੰਦ ਦੇ ਕੋਲ ਫਲਾਣਾ ਪਿੰਡ ਹੈ, ਉੱਥੇ ਫਲਾਣਾ ਮੁੰਡਾ ਡਰੱਗ ਕਰਦਾ। ਰਾਈਟ, ਨਹੀਂ ਪਤਾ ਉਹਨੂੰ, ਉਹ ਆਪਾਂ ਨੂੰ ਅੱਗੇ ਆਉਣਾ ਪੈਣਾ, ਆਪਣੇ ਬੱਚਿਆਂ ਲਈ, ਆਪਣੇ ਸ਼ਹਿਰੀਆਂ ਲਈ, ਆਪਣੇ ਇਲਾਕੇ ਨੂੰ ਆਪਾਂ ਸਹੀ ਕਰਨਾ। ਪਹਿਲੀ ਗੱਲ ਤਾਂ ਕਿ ਸਮੱਸਿਆ ਇਹ ਇਹ ਲਾਅ ਐਂਡ ਆਰਡਰ ਦੇ ਨਾਲ ਸਮਾਜਿਕ ਸਮੱਸਿਆ ਜ਼ਿਆਦਾ, ਸਮਾਜ ਇਹਨੂੰ ਸਹੀ ਕਰੇ। ਬਿਲਕੁਲ ਡਾਕਟਰ ਸਾਹਿਬ, ਬਾਜਵਾ ਸਾਹਿਬ ਨਾਲ ਬਿਲਕੁਲ ਸਹਿਮਤ ਹੈ, ਸਮਾਜ ਨੂੰ ਅੱਗੇ ਆਉਣਾ ਪੈਣਾ, ਔਰ ਕਈ ਬਹੁਤ ਸੰਸਥਾਵਾਂ ਕਰ ਰਹੀਆਂ, ਅਸੀਂ ਕਰ ਵੀ ਰਹੀਆਂ ਜੀ ਜੀ। ਇਹ ਸਮਾਜਿਕ ਸਮੱਸਿਆ, ਸਰਕਾਰਾਂ ਨੇ ਲੈਣੀਆਂ ਵੋਟਾਂ, ਸਰਕਾਰਾਂ ਨੇ ਚੱਲਣਾ ਜਿੱਦਾਂ ਸਮਾਜ ਜਾਵੇਗਾ, ਆਪਾਂ ਨੂੰ ਅੱਗੇ ਆਉਣਾ ਸਮਾਜ ਨੂੰ। ਜ਼ਰੂਰ ਤੁਸੀਂ ਚਾਨਣਾ ਪਾਓ ਵੀ ਤੁਹਾਡੇ ਕੋਲ, ਬਾਕੀ ਕਿਸੇ ਦਿਨ ਫੇਰ ਕਰ ਲਾਂਗੇ, ਫੇਰ ਕਰਾਂਗੇ ਜੀ। ਦੇਖੋ ਅਸੀਂ ਇਹ ਜਿਹੜਾ ਲੜਕੀਆਂ ਦਾ ਕੇਸ ਹੈ, ਅਸੀਂ ਇੱਥੇ ਲੱਗੇ ਹੋਏ ਹਾਂ 15 ਸਾਲ ਤੋਂ, ਸਾਡੇ ਕੋਲ ਲਗਾਤਾਰ ਮੀਡੀਆ ਰਾਹੀਂ ਪਿੰਡਾਂ 'ਚ ਕੈਂਪ ਲਾ ਕੇ, TV 'ਚ ਸਾਡੀਆਂ, ਜਿੱਦਾਂ ਜਗਬਾਣੀ ਪੇਪਰ, ਨਿਊਜ਼ ਪੇਪਰ ਹੈ, ਸਾਰਾ ਜ਼ਿਆਦਾ ਸਾਡੇ ਤਾਂ ਬਹੁਤ ਜ਼ਿਆਦਾ ਲਗਾਤਾਰ ਅਸੀਂ ਇਹਦੇ 'ਤੇ ਲੱਗੇ ਹੋਏ ਹਾਂ, ਗਾਹੇ ਵਗਾਹੇ ਪੁਲਿਸ ਕਮਿਸ਼ਨਰਾਂ ਨੂੰ, SSPਾਂ ਨੂੰ, DCs ਨੂੰ, ਸਰਕਾਰਾਂ ਨੂੰ ਸਮਝਾਇਆ ਕਿ ਇਹ ਆਸਾਨ ਹੈ ਕੰਮ, ਕੋਈ ਵੱਡਾ ਕੰਮ ਨਹੀਂ ਹੈ। ਜਿੱਦਾਂ ਹੁਣ ਅਸੀਂ ਅਮੈਰੀਕਾ ਰਹਿੰਦੇ, ਅਮੈਰੀਕਾ ਦੇ ਵਿੱਚ ਅਗਰ ਕਿਸੇ ਨੇ ਨੌਕਰੀ ਕਰਨੀ ਹੈ ਜਾਂ ਕਿਸੇ ਅਪਾਰਟਮੈਂਟ ਲੈਣਾ ਹੈ, ਕੁਛ ਵੀ ਲੈਣਾ, ਤਾਂ ਉਹਦਾ ਬੈਕਗਰਾਊਂਡ ਚੈੱਕ ਹੁੰਦਾ ਹੈ, ਠੀਕ ਹੈ। ਉਹ ਬੈਕਗਰਾਊਂਡ ਅਗਰ ਚੈੱਕ ਨਹੀਂ ਹੈਗਾ ਤੇ ਤੁਹਾਨੂੰ ਨੌਕਰੀ ਨਹੀਂ ਮਿਲਦੀ। ਬੈਕਗਰਾਊਂਡ ਚੈੱਕ ਜਦੋਂ ਆਉਂਦਾ, ਵਿਦਿਨ ਨੋ ਟਾਈਮ ਸਾਰਾ ਪਤਾ ਲੱਗਦਾ, ਬੰਦਾ ਜੇਲ੍ਹ ਗਿਆ ਕਿ ਨਹੀਂ ਗਿਆ, ਇਹਨੇ ਬੈਂਕ ਫਰੋਡ ਕੀਤਾ ਕਿ ਨਹੀਂ ਕੀਤਾ, ਜਾਂ ਇਹਦਾ ਕੋਈ ਬੱਚਾ ਤਾਂ ਨਹੀਂ ਹੈ ਕੋਈ। ਹੁੰਦਾ ਕੀ ਹੈ ਕਿ ਜਦੋਂ ਇੱਥੇ ਲੜਕਾ ਜਾਂ ਲੜਕੀ ਇੱਥੇ ਵਿਆਹ ਕਰਾਉਣ ਆਉਂਦੇ ਇੰਡੀਆ ਦੇ ਵਿੱਚ, ਅੱਛਾ, ਉਹਨਾਂ ਨੂੰ ਲੱਗਦਾ ਕਿ ਇੱਥੇ, ਅੱਛਾ, ਇੱਥੇ ਦੇ ਲੋਕ ਵੀ ਵਿਚਾਰੇ ਇਨਸਿਕਿਉਰਿਟੀ ਹੁੰਦੀ ਹੈ, ਉਹ ਵੀ ਇਹਨਾਂ ਬਹੁਤਾ ਰੌਲਾ ਨਹੀਂ ਪਾਉਣਾ ਚਾਹੁੰਦੇ, ਤਾਂ ਕਿ ਸਾਡੀ ਰਿਸ਼ਤਾ ਕਿਤੇ ਕਿਤੇ ਹੋਰ ਨਾ ਚੱਲ ਜਾਏ, ਕਿਤੇ ਹੋਰ ਨਾ ਚੱਲ ਜਾਏ, ਆਪਾਂ ਇਹਦਾ ਹੁਣ ਜਲਦੀ ਤੋਂ ਜਲਦੀ ਵਿਆਹ ਕਰ ਦਈਏ, ਵਿਆਹ ਕਰ ਦਈਏ।
अच्छा ओ जरा जो चेक नहीं करते बाद प्रॉब्लम आती है लड़कियां इतने रहती हैं क्योंकि लड़की इतनी जी वही है अमरीका चुनाव नहीं चलता जो इंडिया का कानून वो मुंडा उसे कुआरा होंगे तो लड़की तो वही होंगी पहला तो बेचारी 2-3 साल इतने रहती है पता ही नहीं लगता कि मैं बुलाया क्यों नहीं जा रहा है लड़कियां मदद की है जिन्होंने कोई रिपोर्ट वगैरह नहीं कराई चुप चुपीते रह के शर्म के करके लड़की बेचारी किसी बाहर चल गई या किसी का इतने ब्याह कर दिता या कुछ भी कर दिता यह बहुत बड़ी समस्या है सानू इतनी जी बैकशिप्स है ध्यान देना चाहिए यह काम बड़ा आसान है बड़े कोई औखा नहीं है जे मैं ईमानदार अपने ब्याह के प्रति मैं अपना जो सोशल सिक्योरिटी नंबर लेके आज की हर दिया असं सरकारा कहने कि जो ब्याह कराना NRI ब्याह कोई भी ब्याह है जब तक सोशल सिक्योरिटी जो बैकग्राउंड चेक नहीं आना तो ब्याह रजिस्टर नहीं होना चाहिए पहली गल नहीं होना चाहिए हम सा समाज है बड़ा अच्छा समाज साढ़े समाज जिदा गोरिया के कोरेपन चलते साढ़े गोरेपन नहीं चलते साढ़ा कुड़ी का प्यो सीधा नहीं कह सकता जी मुंडे का बैकग्राउंड चेक लेके आओ जे कानून च लिखा होगा कानून कहेगा कि जे बैकग्राउंड चेक नहीं आएगा तो ब्याह नहीं होना जी जे मैं ईमानदार हाँ ब्याह के मैं कि हर जगह अपना लेके आने जे असी उ अमरीका नौकरी लैनी है अपार्टमेंट लैना है ट्रक लैना है लोन लैना जे असं उदो लेके आ सकते तो वाई नॉट नाउ चंगी जॉब तो रखने वेले तुहानू हालांकि नौकरी तुसी करनी है फिर अगले बैकग्राउंड चेक करवाउंदे आ रमन भाजी बहुत क्वेश्चन सीगे उस बारे पर एक दो क्वेश्चन मैं हुण ही पुछूंगा अपने को एक डेढ़ मिनट हैगा इहदे विच अपनियां समाज दियां मजबूरियां कुछ तो फाइनैंशली जिहड़े थोड़े वीक हुंदे उहनां दी मजबूरी बन जाती है दूसरा जिहड़ा हैगा कि अपनी जिहड़ी भेड़ चाल है कि उहदा बच्चा चला गया मेरा बच्चा 20 बार जाना चाहिए ठीक है मैं एक यहोजी फैमिली नू जानदा जिन्हां ने आपदे गुआंढियां दे बच्चे जिहड़े गए सी कनेडा स्टूडेंट वीजे ते उन्होंने किसे तुहाडे नेड़े शहर दे विच मैं नाम नहीं लूँगा क्योंकि मेरे को प्रूफ नहीं है चंगे सोहणे लख रुपये नंबर भी ना दे के ते उन्होंने आपदे बेटा भेजा बेटा यूक्रेन दे विच है वीज़ा यूक्रेन का लग्या मैनूं ये दसो भी चलो जिहड़ा लेडीज़ का इशू आपां किस दिन विचारा क्योंकि वह बड़ा सीरीयस इशू आ ਤੁਸੀਂ ਜਦੋਂ ਤੁਸੀਂ ਵਿਚਰਦੇ ਹੋ ਰਮਨ ਭਾਅ ਜੀ ਸਮਾਜ ਦੇ ਵਿੱਚ ਉਦੋਂ ਤੁਸੀਂ ਇਹ ਜ਼ੋਰ ਲਾਇਆ ਕਰੋ ਕਿ ਭਾਈ ਜੇ ਤੁਸੀਂ ਇੰਨੇ ਪੈਸੇ ਦੇਣੇ ਆ ਘੱਟੋ ਘੱਟ ਕਿਸੇ ਨੂੰ ਵੀਜ਼ਾ ਦਿਖਾਈ ਲਓ ਕਿਹੜੀ ਕੰਟਰੀ ਦਾ ਇਹ ਮੇਰੇ ਖਿਆਲ ਜੀ ਇੱਥੇ ਦਾ ਤਾਂ ਮਤਲਬ ਹੀ ਨਹੀਂ ਹੋਣਾ ਚਾਹੀਦਾ ਕਿਹੜੀ ਕੰਟਰੀ ਹੈ ਜਿੱਥੇ ਵੀਜ਼ਾ ਦੀ ਪੈਸਾ ਲੱਗਦਾ ਰਾਈਟ ਆਪਾਂ ਮੇਰੀ ਗੱਲ ਸੁਣੋ ਬਾਹਰ ਜਾਣ 'ਚ ਕੋਈ ਹਰਜ ਨਹੀਂ ਉੱਚੇ ਖਿਆਲ ਰੱਖਣ 'ਚ ਕੋਈ ਹਰਜ ਨਹੀਂ ਕਿਸੇ ਵੱਲ ਦੇਖ ਕੇ ਵੀ ਬਾਹਰ ਜਾਣ 'ਚ ਕੋਈ ਹਰਜ ਨਹੀਂ ਦੇਖੋ ਹਰ ਇਨਸਾਨ ਨੂੰ ਸੁਪਨੇ ਦੇਖਣ ਦਾ ਹੱਕ ਹੈ ਸੁਪਨੇ ਪੂਰੇ ਕਰਨ ਦਾ ਵੀ ਹੱਕ ਹੈ ਭਾਵੇਂ ਉਹ ਕਿਸੇ ਵੱਲ ਦੇਖ ਕੇ ਕਰ ਰਿਹਾ ਭਾਵੇਂ ਉਹ ਪੇੜ ਚਾਲ 'ਚ ਕਰ ਰਿਹਾ ਬਟ ਉਹਦਾ ਰਸਤਾ ਜਿਹੜਾ ਹੈ ਉਹ ਇਮਾਨਦਾਰੀ ਵਾਲਾ ਔਰ ਸਹੀ ਹੋਣਾ ਚਾਹੀਦਾ ਹੈ ਕਿਉਂਕਿ ਵਿਦੇਸ਼ਾਂ 'ਚ ਆਪਾਂ ਦੇਖਿਆ ਦੇਖੋ ਸਾਡੇ ਪਰਿਵਾਰ ਸਾਡੇ ਬਿਜ਼ਨਸ ਬਾਹਰ ਵੀ ਹੈਗੇ ਹਰ ਜਗ੍ਹਾ ਦੇ ਵਿਦੇਸ਼ਾਂ 'ਚ ਤੁਹਾਡਾ ਇੱਕ ਝੂਠ ਸਾਰੀ ਜ਼ਿੰਦਗੀ ਪਰ ਤੁਹਾਨੂੰ ਨਾ ਤਾਂ ਇੱਕ ਵਾਰੀ ਤੁਹਾਡਾ ਝੂਠ ਪੈ ਗਿਆ ਤੁਸੀਂ ਜ਼ਿੰਦਗੀ 'ਚ ਸਕਸੈਸਫੁਲ ਨਹੀਂ ਹੋ ਸਕਦੇ ਕਦੇ ਵੀ ਉੱਥੇ ਝੂਠ ਨਹੀਂ ਚੱਲਦਾ ਉਹ ਵਾਰ ਵਾਰ ਮੋਹਰੇ ਆ ਜਾਣਾ ਜੀ ਮੋਹਰੇ ਆ ਜਾਣਾ ਨਾ ਹਾਂਜੀ ਹਾਂਜੀ ਆਪਾਂ ਦੇਖੋ ਵਿਦੇਸ਼ਾਂ ਜਾਣਾ ਹਰ ਬੱਚੇ ਦਾ ਹਰ ਪਰਿਵਾਰ ਦਾ ਹਰ ਇਨਸਾਨ ਦਾ ਅਗਰ ਉਹ ਸੁਪਨਾ ਹੈ ਤੇ ਉਹ ਸੁਪਨੇ ਦੇਖਣ ਚ ਕੋਈ ਅਰਜ ਨਹੀਂ ਦੁਨੀਆ ਇੱਕ ਜਿਹੜਾ ਗਲੋਬਲ ਵਿਲੇਜ ਬਣ ਚੁੱਕੀ ਹੈ ਦੁਨੀਆ ਆਣਾ ਜਾਣਾ ਆਸਾਨ ਹੋ ਗਿਆ ਅੱਗੇ ਤਾਂ ਸੀਗਾ ਕਿ ਜਿਹੜਾ ਬੰਦਾ ਇੱਕ ਫਲਾਣੇ ਪਿੰਡ ਜੰਮਿਆ ਉੱਥੇ ਹੀ ਮਰ ਜਾਂਦਾ ਸੀ ਹੁਣ ਟਰਾਂਸਪੋਰਟੇਸ਼ਨ ਹਰ ਚੀਜ਼ ਜਿਹੜੀ ਬੜੀ ਈਜ਼ੀ ਹੋ ਗਈ ਹੈ ਨੌਲੇਜ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਸਾਡੇ ਇਹਦੇ ਬਾਰੇ ਅਸੀਂ ਪੰਜਾਬ ਦੀਆਂ ਪੋਜ਼ਿਟਿਵ ਗੱਲਾਂ ਵੀ ਕਰਾਂਗੇ ਕਿਸੇ ਵੇਲੇ ਕਿ ਜੇ ਪੰਜਾਬ ਪੋਜ਼ਿਟਿਵ ਦੀ ਬਹੁਤ ਲੋਕਾਂ ਦਾ ਨੌਲੇਜ ਵੀ ਬਹੁਤ ਹੈ ਗੱਲ ਹੈ ਕਿ ਪਹਿਲੀ ਗੱਲ ਤਾਂ ਸਾਡੇ ਸਮਾਜ ਨੂੰ ਪਤਾ ਹੋਣਾ ਚਾਹੀਦਾ ਔਰ ਪਤਾ ਵੀ ਹੈ ਕਿ ਇੱਕ ਪੈਸਾ ਨਹੀਂ ਲੱਗਦਾ ਜੀ ਕੋਈ ਵੈਸੇ ਤੁਹਾਡੇ ਕੋਲ ਪੈਸਾ ਨਹੀਂ ਲੱਗਦੀ ਪਹਿਲੀ ਗੱਲ ਤਾਂ ਨੋਟ ਕਰੋ ਵੀਜ਼ਾ ਜੇ ਲੱਗਣਾ ਜਾਂ ਨਹੀਂ ਲੱਗਣਾ ਪੈਸੇ ਸਿਰਫ ਫੀਸ ਲੱਗਦੀ ਹੈ $100-$200 ਇਸ ਤੋਂ ਬਾਅਦ ਫੀਸ ਕਿਹਦੀ ਕਰੀ ਜਾਂ ਤੁਹਾਡਾ ਕੋਈ ਮੈਡੀਕਲ ਫੀਸ ਲੱਗੂਗੀ ਇਹਦੇ ਉੱਪਰ ਉਹ ਜਿਹੜੀ ਫੀਸਾਂ ਜਿਹੜੀਆਂ ਕਿਹੜੀ ਸਰਕਾਰੀ ਫੀਸਾਂ ਹਾਂਜੀ ਜੇ ਤੁਹਾਡੇ ਕੋਲ ਕੋਈ ਬੰਦਾ ਆਪਣੀ ਫੀਸ ਲੈਂਦਾ ਕੰਮ ਕਰਨ ਦੀ ਫੀਸ ਲੈਂਦਾ ਚਲੋ ਜਾਇਜ਼ ਅਗਲਾ ਪਹਿਲਾਂ ਕਹਿੰਦਾ ਜੀ ਮੈਂ ਤੁਹਾਡਾ ਫਾਈਲ ਤਿਆਰ ਕਰ ਰਿਹਾ ਮੇਰੀ ਮਿਹਨਤ ਹੈ ਮਿਹਨਤ ਦੇ ਮੈਂ ਇੰਨੇ ਪੈਸੇ ਲੈਣੇ ਆ ਠੀਕ ਹੈ ਉਹ ਕੋਈ ਗੱਲ ਨਹੀਂ ਹੈ ਜੀ ਜੀ ਮਿਹਨਤ ਦੇ ਪੈਸੇ ਮਿਹਨਤ ਦੇ ਪੈਸੇ ਹੋਣੇ ਚਾਹੀਦੇ ਇਹ ਨਹੀਂ ਕਿ ਮਿਹਨਤ ਕੰਮ ਫੀਸ ਹੈ ਕਿ 2000 ਰੁਪਈਆ ਸਰਕਾਰੀ ਤੇ 20,000 ਰੁਪਈਆ ਤੁਸੀਂ ਲੈ ਰਹੇ ਹੋ ਬਸ ਉੱਥੇ ਪ੍ਰੋਬਲਮ ਹੈ ਅਗਲਾ 1500 ਆਪਦਾ ਲੈ ਲਵੇ ਕੋਈ ਚੱਕਰ ਨਹੀਂ ਹੈ ਨਹੀਂ ਜਿਹੜਾ ਜੈਨੂਨ ਹੈ ਦੇਣਾ ਚਾਹੀਦਾ ਕੋਈ ਵੀ ਬੰਦਾ ਸੀ ਉਹਨਾਂ ਨੂੰ ਵੀ ਜਿਹੜੇ ਦੇਖੋ ਸਾਰੇ ਟ੍ਰੈਵਲ ਏਜੰਟ ਤੇ ਜਿਹੜੇ ਵੀ ਕੰਮ ਕਰ ਸਾਰੇ ਮਾੜੇ ਨਹੀਂ ਹੁੰਦੇ ਬਹੁਤ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਕਿ ਇੱਕ ਪੈਸਾ ਗਲਤ ਨਹੀਂ ਕਰਦੇ ਲੋਕਾਂ ਨੂੰ ਅੱਛਾ ਗਾਈਡ ਕਰਦੇ ਆ ਮਗਰ ਦੋ ਬੰਦੇ ਜਦੋਂ ਖਰਾਬ ਹੁੰਦੇ ਆ ਸਾਰਿਆਂ ਦਾ ਨਾਮ ਬਰਬਾਦ ਕਰਦੇ
रमन भाई अज वक्त इजाजत नहीं दे रहा, गल्लां बहुत सी, खास करके जो इशू पन्नू साहब ने चक्या पूरे दो पन्ने भरे पे से, उस आप गल करांगे किसी दिन। अज तुसी टाइम कढ़िया, तुहाडा बहुत बहुत धन्यवाद। तुसी आपदा पूरा ख्याल रखना ते परिवार नाल, ते तुहाडा असी अरदास करदे तुसी सारे चढ़दी कला च रहो। धन्यवाद रमन जी, तुहाडा धन्यवाद जी। गॉड दर्शकों साडे नाल जुड़े हुए सी रमन दत्त जी, ते बहुत सोहना उन्होंने क्लैरिफिकेशन दिता, एलैबोरेशन बहुत सोहना किया, पर अपने को क्वेश्चन बहुत सी, कॉलर भी जुड़े हुए सी। अज का जिहड़ा समा आपां नूं इजाजत नहीं दे रहा, आपका पूरा ख्याल रखना। मैनू गुरलाल नूं दिओ इजाजत इत्थे ही, मेरे वल्लों प्यार भरी सत श्री अकाल, नमस्कार, आदाब ते शब्बा खैर।